ਸਾਹਿਬ ਜੀ ਯੋਗ ਨ ਕਿੰਥਾ ਯੋਗ ਨ ਡੰਡੈ ਯੋਗ ਨ ਭਸਮ ਚੜ੍ਹਾਈਐ ਯੋਗ ਨ ਮੁੰਦੀ ਮੂੰਡ ਮੰਡਾਇਐ ਯੋਗ ਨ ਸਿੰਘੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਐ ਯੋਗ ਜੁਗਤ ਇਵ ਪਾਈਐ ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸਮਸਰ ਜਾਣੈ ਜੋਗੀ ਕਹੀਐ ਸੋਈ ਯੋਗ ਨ ਬਾਹਰ ਮੜੀ ਮਸਾਣੀ ਯੋਗ ਨ ਤਾੜੀ ਲਾਈਐ ਯੋਗ ਨ ਦੇਸ ਦਸੰਤਰ ਭਵਿਐ ਯੋਗ ਨ ਤੀਰਥ ਨਾਈਐ ਅੰਜਨ ਮਾਹੇ ਨਿਰੰਜਨ ਰਹੀਐ ਯੋਗ ਜੁਗਤ ਇਵ ਪਾਈਐ ਸਤਿਗੁਰ ਭੇਟੈ ਤਾਂ ਸਹਿਸਾ ਚੁਕੈ ਤਾਵਤ ਵਰਜ ਰਹਾਈਐ ਨਿਜਰ ਚਰੈ ਸਹਿਜ ਧੁਨ ਲਾਗੈ ਕਰ ਹੀ ਪਰਚਾ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ ਯੋਗ ਜੁਗਤ ਇਵ ਪਾਈਐ ਨਾਨਕ ਜੀਵ ਤਿਆਂ ਮਰ ਰਹੀਐ ਐਸਾ ਯੋਗ ਕਮਾਈਐ ਵਾਜੇ ਬਾਜੋਂ ਸਿੰਘੀ ਵਾਜੈ ਤੋ ਨਿਰਭਉ ਪਦ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ ਯੋਗ ਜੁਗਤ ਇਵ ਪਾਈਐ ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਕਰ ਕਰ ਭਿਖਿਆ ਲਿਓ
ਦਰਗਹ ਲੇਖਾ ਮੰਗਿਆ ਕਿਸ ਕਿਸ ਉੱਤਰ ਦਿਓ ਜੋਗੀ ਹੋਵਾਂ ਜਗ ਪਵਾਂ ਘਰ ਘਰ ਭੀਖਿਆ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਗੁਰੂ ਪਾਤਸ਼ਾਹ ਨੇ ਮਹਾਨ ਕਿਰਪਾ ਕਰਕੇ ਸਤਸੰਗਤ ਸਾਨੂੰ ਅੰਮ੍ਰਿਤ ਵੇਲੇ ਆਪਣੀ ਹਜ਼ੂਰੀ ਦੇ ਅੰਦਰ ਬਿਠਾ ਕੇ ਗੁਰਬਾਣੀ ਦੀ ਦਾਤ ਕੀਰਤਨ ਦੇ ਨਾਲ ਨਿਤਨੇਮ ਦੇ ਨਾਲ ਸਾਨੂੰ ਨਿਵਾਜਿਆ ਹੈ। ਇਸ ਵੇਲੇ ਸਤਿਗੁਰੂ ਕਿਰਪਾ ਕਰਦਿਆਂ ਹੋਇਆਂ ਗੁਰਬਾਣੀ ਦੀ ਕਥਾ ਦੀ ਦਾਤ ਦੇ ਨਾਲ ਸਾਨੂੰ ਨਿਵਾਜ ਰਹੇ ਨੇ। ਜਿਵੇਂ ਮਹਾਰਾਜ ਜੀ ਅੱਜ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਓ ਭਾਵਨਾ ਦੇ ਨਾਲ ਮਿਲ ਕੇ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਇਹ ਪਵਿੱਤਰ ਸ਼ਬਦ ਗੁਰਬਾਣੀ ਦਾ ਸਾਨੂੰ ਬਖਸ਼ਿਸ਼ ਕਰਦੇ ਹਨ। ਜੋਗੀ ਹੋਵਾਂ ਜਗ ਪਵਾਂ ਘਰ ਘਰ ਭੀਖਿਆ ਲਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਕ ਜੋਗੀ ਦਾ ਪਖੰਡ ਵੇਖ ਕੇ, ਕਈ ਵਾਰ ਕੀ ਹੁੰਦਾ ਕਿ ਧਾਰਮਿਕ ਲਿਬਾਸ ਜਿਹੜਾ ਨਾ ਕਿਸੇ ਦਾ, ਉਹ ਬਹੁਤੇ ਤੌਰ 'ਤੇ ਪਖੰਡ ਦੇ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ। ਜੋਗੀ ਨੇ ਜੋਗੀਆਂ ਵਾਲੇ ਵਸਤਰ ਪਾ ਕੇ ਅਤੇ ਸਤਿਗੁਰਾਂ ਦੇ ਕੋਲ ਬੈਠਾ ਪਖੰਡ ਵੱਡਾ ਕਰਕੇ ਵਿਖਾਉਂਦਾ ਪਿਆ। ਸਤਿਗੁਰੂ ਇਸ ਨੂੰ ਪਖੰਡ ਨੂੰ ਵੇਖ ਕੇ ਅਤੇ ਫਿਰ ਇਹ ਉਪਦੇਸ਼ ਮਹਾਰਾਜ ਨੇ ਬਖਸ਼ਿਆ ਹੈ। ਜੋਗੀ ਹੋਵਾਂ ਜਗ ਭਵਾਂ, ਮਹਾਰਾਜ ਕਹਿਣ ਲੱਗੇ ਜੋਗੀ ਬਣ ਗਿਆ ਅਤੇ ਤਾਂ ਕੀ ਹੋਇਆ, ਅਤੇ ਜਗ ਭਵਾਂ, ਅੱਜ ਇਸ ਪਿੰਡ, ਕੱਲ੍ਹ ਨੂੰ ਦੂਜੇ ਪਿੰਡ, ਫਿਰ ਅਗਲੇ ਕਿਸੇ ਹੋਰ ਸੂਬੇ ਵਿੱਚ ਚਲਾ ਗਿਆ, ਫਿਰ ਹੋਰ ਸੂਬੇ ਵਿੱਚ ਚਲਾ ਗਿਆ। ਮਹਾਰਾਜ ਕਹਿੰਦੇ ਚੱਕਰ ਹੀ ਕੱਢਦਾ ਰਿਹਾ ਅਤੇ ਤਾਂ ਕੀ ਹੋ ਗਿਆ। ਪਾਤਸ਼ਾਹ ਦੀ ਬਾਣੀ ਦਾ ਵਚਨ ਇਹ ਹੈ, ਮਹਾਰਾਜ ਕਹਿਣ ਲੱਗੇ ਨਾ ਤੂੰ ਆਵੇਂ ਵਸ ਧਰਤੀ ਧਾਈ ਹੈ। ਜੇ ਕੋਈ ਬੰਦਾ ਕਹੇ ਨਾ ਵੀ ਮੈਂ ਧਰਤੀ ਦਾ ਚੱਕਰ ਲਾਵਾਂ, ਘੁੰਮਾਵਾਂ, ਸਾਰੇ ਤੀਰਥਾਂ ਦੇ ਉੱਪਰ ਜਾਵਾਂ, ਪਹਾੜ ਵੇਖਾਵਾਂ, ਜੰਗਲ ਵੇਖਾਵਾਂ ਅਤੇ ਮੈਨੂੰ ਰੱਬ ਮਿਲ ਜਾਏਗਾ, ਮਹਾਰਾਜ ਕਹਿਣ ਲੱਗੇ ਨਹੀਂ, ਭਾਵੇਂ ਤੂੰ ਸਾਰੀ ਧਰਤੀ ਦੇ ਉੱਪਰ ਦੌੜਦਾ ਹੀ ਰਹਿ, ਤੁਰਨਾ ਤਾਂ ਛੋਟੀ ਗੱਲ, ਦੌੜਨਾ ਵੱਡੀ ਗੱਲ ਹੈ। ਮਹਾਰਾਜ ਕਹਿਣ ਲੱਗੇ ਨਾ ਤੂੰ ਆਵੇਂ ਵਸ ਧਰਤੀ ਧਾਈ ਹੈ, ਧਰਤੀ 'ਤੇ ਦੌੜ ਲਾ ਕੇ ਜਿੰਨੇ ਮਰਜ਼ੀ ਇਲਾਕਿਆਂ ਦੇ ਚੱਕਰ ਕੱਟਿਆ ਨਹੀਂ ਉਹ ਮਿਲਣਾ ਰੱਬ ਤੈਨੂੰ ਇਸ ਤਰ੍ਹਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਜੋਗੀ ਬਣ ਗਿਆ ਅਤੇ ਤਾਂ ਕੀ ਹੋ ਗਿਆ, ਮੈਂ ਘਰਾਂ ਘਰਾਂ 'ਚ ਤੁਰਿਆ ਫਿਰਦਾ, ਪਿੰਡਾਂ ਪਿੰਡਾਂ ਵਿੱਚ ਤੁਰਿਆ ਫਿਰਦਾ, ਇਲਾਕਿਆਂ ਵਿੱਚ ਤੁਰਿਆ ਫਿਰਦਾ ਹੈ, ਘਰ ਘਰ ਭੀਖਿਆ ਲਿਓ ਅਤੇ ਘਰਾਂ ਘਰਾਂ ਵਿੱਚ ਭਿਖਿਆ ਮੰਗਦਾ ਫਿਰਦਾ, ਕਿਸੇ ਦੇ ਪਿੰਡ ਚਲੇ ਜਾਂਦਾ, ਲਿਆ ਮਾਈ ਮੈਨੂੰ ਰੋਟੀ ਦੇ ਖਾਣ ਵਾਸਤੇ ਮਿਲ ਗਈ ਹੈ, ਫਿਰ ਦੂਜੇ ਨੂੰ ਦੱਸਦਾ ਵੀ ਇਸ ਘਰ ਦੀ ਸਬਜ਼ੀ ਬੜੀ ਸਵਾਦ ਹੈ, ਉਸ ਘਰ ਦਾ ਚਾਰ ਬੜਾ ਸਵਾਦ ਹੈ, ਇਸ ਘਰ ਦੀਆਂ ਮੰਨੀਆਂ ਬੜੀਆਂ ਸਵਾਦ ਸੀਗੀਆਂ। ਮਹਾਰਾਜ ਕਹਿਣ ਲੱਗੇ ਤੂੰ ਤਾਂ ਸਵਾਦਾਂ ਦੇ ਖਾਣੇ ਖਾਣ ਵਿੱਚ ਪੈ ਗਿਆ, ਵੀ ਵੱਖਰੇ ਵੱਖਰੇ ਘਰਾਂ ਦਾ ਪ੍ਰਸ਼ਾਦਾ ਮਿਲਦਾ, ਕਿਸੇ ਦੀ
ਪ੍ਰਸ਼ਾਦੇ ਦੀ ਤਾਰੀਫ ਕਰਦਾ, ਕਿਸੇ ਦੀ ਸਬਜ਼ੀ ਭਾਜੀ ਦੀ ਤਾਰੀਫ ਕਰਦਾ, ਕਿਸੇ ਦੀ ਆਖਦਾ ਲੱਸੀ ਬੜੀ ਸਵਾਦ ਹੈ, ਕਿਸੇ ਦਾ ਦਹੀਂ ਬੜਾ ਸਵਾਦ ਹੈ। ਮਹਾਰਾਜ ਕਹਿਣ ਲੱਗੇ ਤੇਰੀ ਤਾਂ ਹਾਲਤ ਉਹ ਬਣ ਗਈ ਹੈ, ਜਿੱਧਰੋਂ ਮੱਖਣੀ ਮਿਲੀ ਉੱਧਰ ਮੱਖਣੀ ਰਾਮ ਬਣ ਗਿਆ, ਵੀ ਆਹ ਮੱਖਣੀ ਚੰਗੀ ਹੈ, ਜਿੱਧਰੋਂ ਕੁਝ ਹੋਰ ਮਿਲਿਆ ਤਾਂ ਉੱਧਰੋਂ ਉਹੋ ਜਿਹਾ ਬਣ ਗਿਆ। ਇਹੋ ਜਿਹਾ ਜੋਗੀ ਬਣਨ ਦਾ ਕੀ ਲਾਭ ਹੈ? ਆਪਾਂ ਸ਼ਬਦ ਸਰਵਣ ਕਰਦੇ ਪਏ ਸੀ ਨਾ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਗੁਰਬਾਣੀ ਦੇ ਅੰਦਰ ਬਖਸ਼ਿਆ ਹੈ। ਕਹਿਣ ਲੱਗੇ ਭਾਈ ਯੋਗ ਨਾ ਖਿੰਥਾ ਹੈ, ਯੋਗ ਨਾ ਡੰਡਾ ਹੈ, ਯੋਗ ਨਾ ਭਸਮ ਚੜਾਈ ਹੈ। ਖਿੰਥਾ ਪਾਉਣ ਦੇ ਨਾਲ, ਖਫਣੀ ਪਾਉਣ ਦੇ ਨਾਲ ਕੋਈ ਯੋਗੀ ਥੋੜ੍ਹੀ ਬਣ ਜਾਂਦਾ। ਖਫਣੀ ਤੁਸੀਂ ਵੀ ਲਿਆ ਕੇ ਗਲ ਵਿੱਚ ਪਾ ਲਓ, ਯੋਗੀ ਥੋੜ੍ਹੀ ਬਣ ਜਾਵਾਂਗੇ। ਹੱਥ ਵਿੱਚ ਡੰਡਾ ਫੜ ਲਿਆ ਹੈ, ਵੀ ਇਹ ਯੋਗੀਆਂ ਦਾ ਇੱਕ ਚਿਹਨ ਹੈ, ਵੀ ਕੁੱਤਾ ਵਗੈਰਾ ਪਵੇ ਤਾਂ ਉਹਨੂੰ ਭਜਾਇਆ ਜਾਂਦਾ, ਡੰਡਾ ਫੜ ਲੈਂਦੇ, ਕਦੇ ਉਹਨੂੰ ਰੱਖ ਕੇ ਉੱਪਰ ਹੱਥ ਰੱਖ ਲੈਂਦੇ। ਮਹਾਰਾਜ ਕਹਿੰਦੇ ਡੰਡੇ ਫੜਿਆ ਰੱਬ ਮਿਲਦਾ ਹੋਵੇ ਤਾਂ ਮੱਝਾਂ ਗਾਵਾਂ ਨੂੰ ਚਾਰਨ ਵਾਲੇ ਗੁੱਜਰ ਉਹਨਾਂ ਦੇ ਹੱਥ ਵਿੱਚ ਹਰ ਵੇਲੇ ਡੰਡੇ ਫੜੇ ਰਹਿੰਦੇ ਤਾਂ ਰੱਬ ਤਾਂ ਫਿਰ ਮਿਲ ਜਾਵੇ ਛੇਤੀ ਉਹਨਾਂ ਨੂੰ। ਨਹੀਂ, ਡੰਡੇ ਫੜਨ ਦੇ ਨਾਲ, ਡੰਡੇ ਵਜਾਉਣ ਦੇ ਨਾਲ ਵੀ ਉਹ ਨਹੀਂ ਮਿਲਦਾ। ਯੋਗ ਨਾ ਡੰਡਾ ਹੈ, ਯੋਗ ਨਾ ਭਸਮ ਚੜ੍ਹਾਈ ਹੈ, ਸਰੀਰ ਉੱਪਰ ਚਿੱਟੀ ਸਵਾਹ ਮਲ ਲੈਣੀ। ਯੋਗੀ ਲੋਕ ਨਾ ਪਿੰਡੇ ਦੇ ਸਵਾਹ ਮਲ ਲੈਂਦੇ। ਪਾਤਸ਼ਾਹ ਕਹਿਣ ਲੱਗੇ ਸਵਾਹ ਮਲਣ ਦੇ ਨਾਲ ਵੀ ਪਰਮਾਤਮਾ ਕਿਸੇ ਨੂੰ ਮਿਲਿਆ ਹੀ ਨਹੀਂ ਹੈ। ਯੋਗ ਨਾ ਭਸਮ ਚੜ੍ਹਾਈ ਹੈ, ਯੋਗ ਨਾ ਮੁੰਦੀ, ਕੰਨਾਂ ਵਿੱਚ ਮੁੰਦਰਾਂ ਪਾ ਲਈਆਂ ਬਲੌਰ ਦੀਆਂ, ਮੈਂ ਤਾਂ ਗੋਰਖਨਾਥ ਦਾ ਚੇਲਾ ਬਣ ਗਿਆ। ਮੁੰਦਰਾਂ ਪਾਉਣ ਦੇ ਨਾਲ, ਕੰਨਾਂ ਵਿੱਚ ਛੇਦ ਕਰਨ ਦੇ ਨਾਲ ਵੀ ਉਹ ਪਰਮਾਤਮਾ ਮਿਲੇਗਾ ਨਹੀਂ। ਯੋਗ ਨਾ ਮੰਦੀ ਮੁੰਦੀ, ਯੋਗ ਨਾ ਮੁੰਦੀ ਮੂੰਡ ਮੰਡਾਇਆ, ਸਿਰ ਵੀ ਕਟਾ ਲਿਆ, ਦਾੜਾ ਵੀ ਕਟਾ ਲਿਆ, ਕੰਨ ਪਾਟਾ ਯੋਗੀ ਬਣ ਗਿਆ, ਸਿਰ ਦੀ ਵੀ ਟਿੰਡ ਕੱਢ ਲਈ। ਮਹਾਰਾਜ ਕਹਿੰਦੇ ਟਿੰਡ ਕੱਢਿਆ ਵੀ ਰੱਬ ਨਹੀਂ ਮਿਲਦਾ, ਨਹੀਂ ਤਾਂ ਗੰਜਿਆਂ ਨੂੰ ਉਸੇ ਵੇਲੇ ਮਿਲ ਜਾਵੇ। ਜੇ ਮੁੰਦਰਾ ਪਾਉਣ ਦੇ ਨਾਲ, ਕੰਨ ਵਿੱਚ ਛੇਦ ਕਰਨ ਨਾਲ ਰੱਬ ਮਿਲਦਾ, ਤਾਂ ਸਭ ਤੋਂ ਪਹਿਲਾਂ ਬੀਬੀਆਂ ਨੂੰ ਮਿਲ ਜਾਵੇ। ਯੋਗ ਨਾ ਮੂੰਡ ਮੰਡਾਇਆ ਹੈ, ਯੋਗ ਨਾ ਮਹਾਰਾਜ ਕਹਿੰਦੇ ਮੂੰਡ ਮੰਡਾਇਆ ਹੈ, ਯੋਗ ਨਾ ਸਿੰਘੀ ਵਾਈਏ। ਸਿੰਘੀ ਇੱਕ ਵਾਜਾ ਯੋਗੀ ਵਜਾਇਆ ਕਰਦੇ, ਜਦੋਂ ਸ਼ਰਾਬ ਪੀ ਕੇ ਮਸਤ ਹੋ ਜਾਂਦੇ ਨਾ ਤਾਂ ਫਿਰ ਵਾਜਾ ਵਜਾਉਂਦੇ, ਕਹਿੰਦੇ ਸਾਨੂੰ ਬੜੀਆਂ ਵਾਜਾਂ ਸੁਣਾਈ ਦਿੰਦੀਆਂ। ਕਹਿਣ ਲੱਗੇ ਇਸ ਤਰ੍ਹਾਂ ਦੇ ਵਾਜੇ ਵਜਾ ਕੇ, ਅੰਜਨ ਮਾਹੇ ਨਿਰੰਜਨ ਰਹੀਆ, ਯੋਗ ਜੁਗਤ ਇਹ ਵਪਾਈ ਹੈ, ਗੱਲੀ ਯੋਗ ਨਾ ਹੋਈ। ਗੱਲਾਂ ਨਾਲ ਥੋੜ੍ਹੀ ਯੋਗੀ, ਗੱਲਾਂ ਨਾਲ ਸਿੱਖ ਵੀ ਨਹੀਂ ਬਣਿਆ ਜਾਣਾ। ਇਕੱਲਾ ਯੋਗੀਆਂ ਦੀ ਗੱਲ ਸੁਣ ਕੇ ਨਾ ਆਪਾਂ ਖੁਸ਼ ਹੋਈਏ, ਸਿੱਖ ਵੀ ਨਹੀਂ ਗੱਲਾਂ ਨਾਲ ਬਣਿਆ ਜਾਣਾ। ਮੈਂ ਤਾਂ ਬੜਾ ਵੱਡਾ ਸਿੱਖ ਹਾਂ ਜੀ, ਸਿੱਖ ਤਾਂ ਬੜਾ ਵੱਡਾ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ, ਨਹੀਂ ਉਹ ਤਾਂ ਨਹੀਂ ਮੈਂ ਕਰਦਾ, ਫਿਰ ਸਿੱਖ ਕਾਹਦਾ ਹੋਇਆ। ਕਿ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਪੜ੍ਹ ਕੇ ਆਇਆ, ਨਹੀਂ ਉਹ ਨਹੀਂ ਪੜ੍ਹੀਆਂ, ਫਿਰ ਸਿੱਖ ਕਾਹਦਾ ਹੋਇਆ। ਕਦੇ ਗੁਰੂ ਦੇ ਭਾਣੇ ਨੂੰ, ਕਦੇ ਗੁਰੂ ਦੇ ਹੁਕਮ ਨੂੰ ਮੰਨਿਆ, ਕਦੇ ਜੀਵਨ 'ਚ ਕਮਾਈ ਕੀਤੀ, ਨਹੀਂ ਉਹ ਤਾਂ ਨਹੀਂ ਕੀਤੀ ਹੈ। ਗੁਰੂ ਕਿਹਾ ਸਿੱਖਾ ਤੂੰ, ਸਿੱਖ ਕੇਵਲ ਲੰਗਰ ਛਕਣ ਦਾ ਹੀ ਰਹਿ ਗਿਆ ਅਤੇ ਲੰਗਰ ਲਾਉਣ ਦਾ ਹੀ ਰਹਿ ਗਿਆ ਹੈ, ਸਿੱਖੀ ਤਾਂ ਤੇਰੇ ਵਿੱਚ ਵੀ ਨਹੀਂ ਆਈ ਹੈ। ਕਦੇ ਦਰਬਾਰ ਵਿੱਚ ਬੈਠਾ ਆ ਕੇ ਵੀ ਚਲੋ ਕੀਰਤਨ ਸੁਣ ਕੇ ਆਈਏ, ਕਥਾ ਸੁਣ ਕੇ ਆਈਏ, ਨਿਤਨੇਮ ਸੁਣ ਕੇ ਆਈਏ, ਗੁਰੂ ਦੇ ਦਰ 'ਤੇ ਝਾੜੂ ਹੀ ਲਾ ਆਈਏ, ਜਾ ਕੇ ਪ੍ਰਸ਼ਾਦੇ ਬਣਾ ਆਈਏ, ਵਰਤਾਈਏ, ਕਰਦਾ ਤਾਂ ਤੂੰ ਵੀ ਕੁਝ ਨਹੀਂ ਪਿਆ, ਪਰ ਦੁਨੀਆ ਵਿੱਚ ਬੜੇ ਹਮੇ ਦਾਅਵੇ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਿੱਖ ਹਾਂ ਜੀ, ਮੇਰਾ ਧਰਮ ਬੜਾ ਵੱਡਾ ਹੈ। ਜਿੱਥੇ ਦੂਜਿਆਂ ਦੇ ਉੱਪਰ ਮਹਾਰਾਜ ਨੇ ਬਚਨ ਕੀਤਾ, ਸਿੱਖਾ ਤੇਰੇ ਉੱਪਰ ਵੀ ਕੀਤਾ ਹੈ। ਤੂੰ ਸਿੱਖ ਉਹਨਾਂ ਚਿਰ ਨਹੀਂ ਬਣ ਸਕਦਾ ਜਿੰਨਾ ਚਿਰ ਸਿੱਖਿਆ ਨਹੀਂ ਲੈਂਦਾ, ਉਪਦੇਸ਼ ਨਹੀਂ ਲੈਂਦਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਯੋਗੀ ਉਹ ਹੈ, ਸਿੱਖ ਉਹ ਹੈ, ਏਕ ਦ੍ਰਿਸ਼ਟ ਕਰ ਸਮ ਸਰ ਜਾਣਾ, ਜਿਹੜਾ ਸਾਰਿਆਂ ਨੂੰ ਬਰਾਬਰ ਜਾਣੇ, ਵੀ ਰੱਬ ਵਸਿਆ ਹੋਇਆ ਯੋਗੀ ਕਹੀ ਹੈ, ਉਹਨੂੰ ਯੋਗੀ ਕਿਹਾ ਜਾਂਦਾ ਹੈ।
ਯੋਗ ਨਾ ਬਾਹਰ ਮੜੀ ਮਸਾਣੀ, ਮੜੀਆਂ 'ਤੇ ਜਾ ਕੇ ਬੈਠ ਗਿਆ ਯੋਗੀ, ਕਹਿੰਦੇ ਮੜੀਆਂ 'ਚ ਥੋੜ੍ਹੀ ਰੱਬ ਮਿਲਦਾ ਹੈ, ਮਸਾਨ ਜਗਾ ਲੈ ਜਾ ਕੇ। ਬਲਦੇ ਸਿਵਿਆਂ ਕੋਲ ਬੈਠ ਗਿਆ, ਮੰਤਰ ਪੜ੍ਹ ਪੜ੍ਹ ਕੇ ਮਸਾਨ ਜਗਾਉਂਦਾ ਪਿਆ, ਆਤਮਾ ਵਸ ਕਰਦਾ ਪਿਆ, ਕਹਿੰਦੇ ਇਸ ਤਰ੍ਹਾਂ ਥੋੜ੍ਹੀ ਉਹ ਪਰਮਾਤਮਾ ਲੱਭਦਾ ਹੈ। ਯੋਗ ਨਾ ਤਾੜੀ ਲਾਈਏ, ਤਾੜੀ ਕਹੀਏ ਸਮਾਧੀ, ਸਮਾਧੀ ਲਾ ਕੇ ਬੈਠੇ ਰਹਿਣਾ, ਮੈਂ ਇੰਨਾ ਚਿਰ ਸਮਾਧੀ ਲਾ ਕੇ ਬੈਠਾਂਗਾ, ਕਹਿੰਦੇ ਨਹੀਂ ਮਿਲੇਗਾ। ਯੋਗ ਨਾ ਦੇਸ ਸੰਤਰ ਭਵਿਆ, ਮੈਂ ਦੁਨੀਆ ਦਾ ਚੱਕਰ ਲਾ ਆਵਾਂ, ਕਹਿੰਦੇ ਇਸ ਤਰ੍ਹਾਂ ਕੀਤਿਆਂ ਵੀ ਰੱਬ ਨਹੀਂ ਮਿਲੇਗਾ। ਯੋਗ ਨਾ ਤੀਰਥ ਨਹਾਈਏ, ਜਿੰਨਾ ਮਰਜ਼ੀ ਟੁੱਬੀਆਂ ਮਾਰ, ਨੱਕ ਫੜ ਫੜ ਕੇ ਤੀਰਥਾਂ 'ਤੇ ਜਾ ਕੇ ਸਰੋਵਰਾਂ ਵਿੱਚ ਨਹਾਉਂਦਾ ਰਹਿ, ਨਦੀਆਂ ਵਿੱਚ ਨਹਾਉਂਦਾ ਰਹਿ, ਧਾਰਮਿਕ ਸਥਾਨਾਂ 'ਤੇ ਨਹਾਉਂਦਾ ਰਹਿ, ਜਿੰਨਾ ਚਿਰ ਉਪਦੇਸ਼ ਮਨ ਕਰਕੇ ਗ੍ਰਹਿਣ ਨਹੀਂ ਕਰਦਾ ਉਨਾ ਚਿਰ ਕੋਈ ਪ੍ਰਾਪਤੀ ਨਹੀਂ ਹੈ। ਮਹਾਰਾਜ ਨੂੰ ਪੁੱਛਿਆ ਫਿਰ ਮਹਾਰਾਜ ਯੋਗੀ ਕਿਵੇਂ ਬਣਿਆ ਜਾਂਦਾ, ਕਹਿਣ ਲੱਗੇ ਸਤਿਗੁਰ ਭੇਟੈ ਤਾਂ ਸਹਿਸਾ ਤੂਟੈ, ਜਿੰਨਾ ਚਿਰ ਪੂਰੇ ਗੁਰੂ ਨੂੰ ਨਹੀਂ ਮਿਲਦਾ ਉਨਾ ਚਿਰ ਸ਼ੰਕੇ ਦੂਰ ਨਹੀਂ ਹੋਣਗੇ, ਭਰਮ ਦੂਰ ਨਹੀਂ ਹੋਣਗੇ। ਅਤੇ ਧਾਵਤ ਵਰਜ ਰਹਾਈਆ, ਗੁਰੂ ਮਿਲ ਜਾਵੇ ਤਾਂ ਦੌੜਦਾ ਹੋਇਆ ਮਨ ਕਾਬੂ ਆਉਂਦਾ ਹੈ। ਇੱਥੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿ ਰਹੇ ਯੋਗੀ ਨੂੰ, ਕਹਿਣ ਲੱਗੇ ਯੋਗੀ ਹੋਵਾਂ ਜੱਗ ਭਵਾਂ, ਯੋਗੀ ਬਣ ਗਿਆ ਦੁਨੀਆਂ ਦੇ ਚੱਕਰ ਲਾ ਕੇ ਤੁਰਿਆ ਆਉਂਦਾ ਤੇ ਤਾਂ ਕੀ ਹੋ ਗਿਆ। ਤੇ ਫਰਮਾਉਂਦੇ ਹਨ ਘਰਾਂ ਘਰਾਂ ਵਿੱਚ ਜਾ ਕੇ ਭਿੱਖਿਆ ਮੰਗਦਾ ਵੀ ਲਿਆ ਮਾਤਾ ਮੈਨੂੰ ਪ੍ਰਸ਼ਾਦਾ ਦੇ, ਲਿਆ ਮੈਨੂੰ ਰੋਟੀ ਦੇ, ਲਿਆ ਮੈਨੂੰ ਖਾਣ ਵਾਸਤੇ ਖੀਰ ਦੇ ਦੇ। ਘਰਾਂ ਘਰਾਂ ਵਿੱਚ ਜਾ ਕੇ ਖਾਂਦਾ ਤੇ ਪਿਆ, ਪਰ ਇਸ ਖਾਣ ਦਾ ਲੇਖਾ ਵੀ ਤੇ ਦੇਣਾ ਪਵੇਗਾ। ਪਰ ਕਹਿਣ ਲੱਗਾ ਲੇਖਾ ਲੇਖੇ ਦੀ ਕੋਈ ਗੱਲ ਨਹੀਂ ਹੈ। ਕਬੀਰ ਸਾਹਿਬ ਜੀਆਂ ਦੇ ਸਮੇਂ ਨਾ ਇੱਕ ਸਾਧੂ, ਕਹਿਣ ਲੱਗੇ ਬੜਾ ਉਹਦਾ ਨਾਮ ਦੁਨੀਆ ਆਖਦੀ ਵੀ ਇਹੜੀ ਬੜੀ ਭਜਨ ਬੰਦਗੀ ਹੈ। ਅਤੇ ਕਬੀਰ ਸਾਹਿਬ ਦਾ ਮਨ ਕੀਤਾ ਵੀ ਚਲੋ ਐਸੇ ਸਾਧੂ ਦੇ ਦਰਸ਼ਨ ਕਰਨੇ ਚਾਹੀਦੇ ਜਿਹਦੀ ਇੰਨੀ ਸਿਫਤ ਹੋ ਰਹੀ ਹੈ। ਜਦੋਂ ਕਬੀਰ ਸਾਹਿਬ ਜੀ ਗਏ ਤਾਂ ਉਹਨੇ ਜਾਂਦਿਆਂ ਨੂੰ ਚੰਗਾ ਪ੍ਰਸ਼ਾਦਾ ਪਾਣੀ ਛਕਿਆ ਅਤੇ ਮੰਜੇ 'ਤੇ ਬੈਠਾ ਹੋਇਆ ਅਤੇ ਉਹ ਕਦੇ ਉਬਾਸੀਆਂ ਲਵੇ, ਕਦੇ ਵਿੰਗਾ ਟੇਢਾ ਜਿਹਾ ਹੋਵੇ, ਉਹਨੂੰ ਨੀਂਦ ਆਉਂਦੀ ਪਈ ਹੈ। ਅਤੇ ਕਬੀਰ ਸਾਹਿਬ ਜੀ ਕੋਲ ਬੈਠੇ ਵਤਨ ਬਿਲਾਸ ਕਰਦੇ ਪਏ, ਉਹਨਾਂ ਨੇ ਵੇਖਿਆ ਵੀ ਇਹ ਲੱਗਦਾ ਵੀ ਸੌਣ ਦੀ ਤਿਆਰੀ ਵਿੱਚ ਹੈ, ਪ੍ਰਸ਼ਾਦਾ ਪਾਣੀ ਛਕ ਲਿਆ। ਤਾਂ ਕਬੀਰ ਸਾਹਿਬ ਜੀ ਨੇ ਕਹਿ ਹੀ ਦਿੱਤਾ, ਕਹਿੰਦੇ ਭਾਈ ਭਲਿਆ ਤੂੰ ਇਹਨਾਂ ਦਾ ਪ੍ਰਸ਼ਾਦ ਭੋਜਨ ਛਕਦਾ, ਸ਼ਾਹੂਕਾਰ ਦਾ ਬੰਦਗੀ ਕਰਿਆ ਕਰ, ਨਾਮ ਜਪਿਆ ਕਰ, ਇਹ ਖਾਧੇ ਪੀਤੇ ਦਾ ਵੀ ਰੱਬ ਨੇ ਤੇਰੇ ਕੋਲ ਹਿਸਾਬ ਲੈਣਾ। ਅਤੇ ਉਹ ਜਿਹੜਾ ਸਾਧੂ ਸੀ ਨਾ ਬੜਾ ਹੰਕਾਰਿਆ ਹੋਇਆ, ਕਹਿਣ ਲੱਗਾ ਉਹ ਲੇਖਾ ਤਾਂ ਤੁਹਾਡੇ ਵਰਗਿਆਂ ਦਾ, ਮੈਂ ਤਾਂ ਖੁਦ ਰੱਬ ਹਾਂ, ਮੇਰਾ ਕਾਹਦਾ ਲੇਖਾ ਹੈ, ਮੈਂ ਤਾਂ ਖੁਦ ਰੱਬ ਹੋ ਚੁੱਕਿਆ, ਰੱਬ ਹੀ ਬਣ ਗਿਆ, ਮੈਂ ਤਾਂ ਪਰਮੇਸ਼ਰ ਹੀ ਹੋ ਗਿਆ। ਅਹੰ ਬ੍ਰਹਮ ਅਸਮੀ, ਮੈਂ ਖੁਦ ਹੀ ਬ੍ਰਹਮ ਹਾਂ, ਮੇਰਾ ਕੋਈ ਲੇਖਾ ਨਹੀਂ। ਹੁਣ ਭਗਤਾਂ ਦਾ ਸੁਭਾਅ ਹੁੰਦਾ ਵੀ ਜੇ ਮੰਨਣਾ ਤਾਂ ਮੰਨ, ਨਹੀਂ ਮੰਨਣਾ ਤਾਂ ਨਾ ਮੰਨੋ, ਚੱਲੇ ਗਏ। ਕਹਿੰਦੇ ਠੀਕ ਹੈ ਭਾਈ ਤੇਰੀ ਮਰਜ਼ੀ ਹੈ, ਹੁਣ ਪ੍ਰਸ਼ਾਦ ਭੋਜਨ ਛਕਦਾ ਰਿਹਾ ਤਾਂ ਲੇਖਾ ਤਾਂ ਦੇਣਾ ਪਵੇਗਾ। ਬੈਲ ਬਣ ਕੇ ਨਾ, ਗਾਂ ਦਾ ਵੱਛਾ ਬਣ ਕੇ, ਬੱਚਾ ਬਣ ਕੇ ਉਸੇ ਸ਼ਾਹੂਕਾਰ ਦੇ ਘਰ ਵਿੱਚ ਆ ਕੇ ਜਨਮਿਆ। ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਸ਼ਾਹੂਕਾਰ ਨੇ ਆਪਣੇ ਜਾਗੀਰਦਾਰ ਨੇ ਆਪਣੇ ਨੌਕਰਾਂ ਨੂੰ ਆਖਿਆ ਵੀ ਲਾਓ ਇਹਨੂੰ 45 ਦੇ ਵਿੱਚ ਅਤੇ ਵਾਹੋ ਇਹਦੇ ਨਾਲ ਹਾਲ, ਅਤੇ ਉਹ ਜਦੋਂ 45 'ਤੇ ਜੁੜਿਆ ਕਰਨ, ਉਹ 2 ਕੁ ਕਦਮਾਂ ਤੁਰਿਆ ਕਰ ਅਤੇ ਫਿਰ ਡਿੱਗ ਪਿਆ ਕਰੇ, ਜਾਣ ਕੇ ਲੰਮੇ ਜਿਹਾ ਪੈ ਜਾਇਆ ਕਰੇ, ਘੇਸਲ ਮਾਰ ਦਿਆ ਕਰੇ, ਫਿਰ ਉਠਾ ਕੇ ਜੁੜਿਆ ਕਰਨ, ਫਿਰ ਥੋੜ੍ਹਾ ਜਿੱਧਰ ਕੁੱਟ ਕੁੱਟ ਕੇ ਉਹਨਾਂ ਨੇ ਨਾਸਾਂ ਵਿੱਚੋਂ ਲਹੂ ਕੱਢ ਦਿੱਤਾ। ਅਤੇ ਕਬੀਰ ਸਾਹਿਬ ਜੀ ਤੁਰੇ ਜਾਂਦੇ ਅਤੇ ਉਹਨਾਂ ਨੇ ਪੁੱਛਿਆ, ਕਹਿਣ ਲੱਗੇ ਕਬੀਰ ਸਾਹਿਬ ਜੀ, ਕਹਿੰਦੇ ਕੀ ਹੋਇਆ? ਕਹਿੰਦੇ ਜੀ ਇਹਨੂੰ ਜੋੜਿਆ ਤੁਰਦਾ ਹੀ ਨਹੀਂ, ਮਾਰ ਖਾਈ ਜਾ ਰਿਹਾ। ਹੁਣ ਕਬੀਰ ਸਾਹਿਬ ਜੀ ਦਿਵ ਦ੍ਰਿਸ਼ਟੀ ਦੇ ਮਾਲਕ ਨੇ, ਉਹਨਾਂ ਨੇ ਵੇਖਿਆ ਫਿਰ ਵੀ ਇਹ ਤਾਂ ਉਹੀ ਹੈ ਜਿਹੜਾ ਕਹਿੰਦਾ ਸੀ ਮੈਂ ਹੀ ਰੱਬ ਹਾਂ, ਅਤੇ ਹੁਣ ਲੇਖਾ ਦੇਣ ਵਾਸਤੇ ਆਇਆ। ਉਹਨਾਂ ਨੇ ਫਿਰ ਉਹਦੇ ਨੇੜੇ ਹੋ ਕੇ ਆਖਿਆ, ਕਹਿਣ ਲੱਗੇ ਉਹ ਭਲਿਆ ਤੈਨੂੰ ਕਿਹਾ ਸੀ ਨਾ,
ਫਾਟੇ ਨਾਕਣ ਟੂਟੇ ਕਾਂਧਨ ਕੋਦੋ ਕੋ ਪੁਸ ਕਈ ਹੈ ਖਈ ਹੈ ਸਾਰੋ ਦਿਨ ਸ ਬੋਲ ਡੋਲਤ ਬਨ ਮਈਆ ਅਜੁਹਨਾ ਪ੍ਰੇਟ ਪੇਟ ਅਗਈ ਹੈ ਜਨ ਭਗਤਨ ਕੋ ਕਹਿਓ ਨਾ ਮਾਨੋ ਆਕੀਓ ਆਪਣੋ ਪਈ ਹੈ। ਤੂੰ ਸਾਡਾ ਵਚਨ ਨਹੀਂ ਨਾ ਮੰਨਿਆ ਉਦੋਂ, ਤੈਨੂੰ ਕਿਹਾ ਸੀ ਬੰਦਗੀ ਕਰਿਆ ਕਰ, ਤੂੰ ਆਖਿਆ ਲੋੜ ਹੀ ਨਹੀਂ ਮੈਂ ਤੇ ਰੱਬ, ਤੂੰ ਆਪਣੇ ਕੀਤੇ ਦੀ ਇਹ ਸਜ਼ਾ ਪਾਈ ਹੈ ਅਤੇ ਹੁਣ ਇਹਦਾ ਲੇਖਾ ਦੇਣਾ ਪੈਣਾ ਹੈ, ਭਾਵੇਂ ਮਾਰ ਖਾ ਕੇ ਤੁਰ ਅਤੇ ਭਾਵੇਂ ਆਪਣੇ ਆਪ ਤੁਰ, ਇਹ ਪ੍ਰਸ਼ਾਦਿਆਂ ਦਾ ਹਿਸਾਬ ਤਾਂ ਤੈਨੂੰ ਦੇਣਾ ਪਵੇਗਾ। ਅਤੇ ਫਿਰ ਉਹ ਚੱਲਦਾ ਪਿਆ, ਮਹਾਰਾਜ ਕਹਿਣ ਲੱਗੇ ਭਾਈ ਵਚਨ ਇਹ ਹੈ, ਗੁਰੂ ਮਹਾਰਾਜ ਕਹਿਣ ਲੱਗੇ ਘਰ ਘਰ ਭਿੱਖਿਆ ਲਿਓ, ਭਿੱਖਿਆ ਮੰਗਣੀ ਤਾਂ ਬੜੀ ਸੌਖੀ ਹੈ ਪਰ ਉਹਦਾ ਹਿਸਾਬ ਵੀ ਦੇਣਾ ਪਵੇਗਾ। ਰੱਬ ਦੇ ਦਰ 'ਤੇ ਜਾ ਕੇ ਰੱਬ ਨੇ ਪੁੱਛਣਾ ਵੀ ਸ਼ਕਦਾ ਤੇ ਰਿਹਾ ਅਤੇ ਬੰਦਗੀ ਕਿੰਨੀ ਕੀਤੀ ਆ ਉਹ ਦੱਸ ਮੈਨੂੰ ਆ ਕੇ। ਅਤੇ ਗੁਰਮੁਖੋ ਸ਼ਕਦੇ ਤਾਂ ਆਪਾਂ ਵੀ ਹੈ ਨਾ, ਆਪਾਂ ਆਖਦੇ ਹਨ ਜਿਸ ਦਾ ਦਿੱਤਾ ਖਾਵਨਾ ਤਿਸ ਕਹੀਏ, ਭਾਵੇਂ ਆਪਾਂ ਲੰਗਰ ਘਰੇ ਛਕੀਏ ਅਤੇ ਭਾਵੇਂ ਗੁਰਦੁਆਰੇ ਛਕੀਏ, ਹੈ ਤਾਂ ਰੱਬ ਦਾ ਹੀ ਦਿੱਤਾ ਨਾ। ਜੇ ਗੁਰੂ ਘਰੇ ਛਕਦੇ ਹਾਂ ਤਾਂ ਉਹ ਵੀ ਤਾਂ ਪਰਮਾਤਮਾ ਦਾ ਦਿੱਤਾ, ਜੇ ਘਰੇ ਛਕਦੇ ਪਏ ਤਾਂ ਦਿੱਤਾ ਤਾਂ ਉਹ ਵੀ ਤਾਂ ਪਰਮਾਤਮਾ ਨਹੀਂ ਹੈ। ਜਦੋਂ ਪਰਮਾਤਮਾ ਨੇ ਹਿਸਾਬ ਮੰਗਣਾ ਵੀ ਲਿਆ ਭਾਈ ਤੇਰੇ ਵਾਸਤੇ ਇੰਨੇ ਦਾਣਿਆਂ ਦਾ ਪ੍ਰਬੰਧ ਕੀਤਾ ਤਾਂ ਤੂੰ ਕਿੰਨਾ ਕੁ ਨਾਮ ਜਪਿਆ, ਉਸ ਵੇਲੇ ਅਸੀਂ ਆਖਣਾ ਵੀ ਨਾਮ 'ਤੇ ਮੈਂ ਜਪਿਆ ਕੋਈ ਨਹੀਂ, ਤਾਂ ਹਿਸਾਬ 'ਤੇ ਸਾਡਾ ਵੀ ਹੋਵੇਗਾ। ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਘਰ ਘਰ ਵਿੱਚ ਬਹਿ ਕੇ ਭਿੱਖਿਆ ਤੇ ਮੰਗਦਾ ਪਰ ਇਹਦਾ ਲੇਖਾ ਵੀ ਰੱਬ ਨੇ ਤੇਰੇ ਕੋਲੋਂ ਲੈਣਾ ਹੈ। ਦਰਗਾਹ ਦੇ ਵਿੱਚ ਲੇਖਾ ਲਿਆ ਜਾਂਦਾ ਹੈ। ਵੈਸੇ ਦੁਨੀਆਂ ਦੇ ਲੋਕ ਇਹ ਗੱਲ ਕਹਿੰਦੇ ਵੀ ਆਹ ਜੱਗ ਮਿੱਠਾ ਅਤੇ ਅਗਲਾ ਕਿੰਨ ਡਿੱਠਾ, ਅੱਗੇ ਕਿੰਨੇ ਵੇਖਿਆ ਹੈ, ਖਾ ਲਓ ਪੀ ਲਓ ਮੌਜ ਕਰ ਲਓ, ਪਰ ਗੁਰੂ ਪਾਤਸ਼ਾਹ ਦੀ ਬਾਣੀ ਔਰ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਇਹ ਗੱਲ ਕਹਿੰਦੇ ਨੇ ਵੀ ਦਰਗਾਹ ਲੇਖਾ ਮੰਗੀਏ, ਦਰਗਾਹ ਵਿੱਚ ਲੇਖਾ ਮੰਗਿਆ ਜਾਣਾ ਹੈ। ਧਰਮ ਰਾਏ ਜਬ ਲੇਖਾ ਮੰਗੈ, ਇਹ ਗੁਰਬਾਣੀ ਦੀਆਂ ਪੰਕਤੀਆਂ, ਗੁਰਬਾਣੀ ਇਹ ਗੱਲ ਮੰਨਦੀ ਹੈ ਵੀ ਅੱਗੇ ਲੇਖਾ ਹੋਣਾ ਹੈ। ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਈ ਨਾ ਵੇਲੇ। ਗੁਰਬਾਣੀ ਦੇ ਸ਼ਬਦ ਨੇ, ਆਪਣੇ ਕੋਲੋਂ ਕੋਈ ਬਣਾਈ ਹੋਈ ਗੱਲ ਨਹੀਂ, ਗੁਰਬਾਣੀ ਇਹ ਗੱਲ ਕਹਿੰਦੀ ਹੈ ਵੀ ਤੇਰਾ ਹਿਸਾਬ ਹੋਣਾ ਹੈ। ਹਿਸਾਬ ਨੂੰ ਪਹਿਲਾਂ ਹੀ ਪਹਿਲਾਂ ਨਿਬੇੜ ਲਈਏ ਬੰਦਗੀ ਕਰਕੇ ਤਾਂ ਸੌਖੇ ਰਹਾਂਗੇ, ਜੇ ਨਾ ਨਿਬੇੜਿਆ ਤਾਂ ਫਿਰ ਉਹਨਾਂ ਨੇ ਆਪਣਾ ਕੰਮ ਕਰ ਹੀ ਜਾਣਾ। ਮਹਾਰਾਜ ਕਹਿਣ ਲੱਗੇ ਦਰਗਾਹ ਹੈ ਲੇਖਾ ਮੰਗੀਐ, ਤੇਰੇ ਕੋਲੋਂ ਦਰਗਾਹ ਵਿੱਚ ਲੇਖਾ ਮੰਗਿਆ ਜਾਣਾ ਹੈ। ਅਤੇ ਫਿਰ ਕਿਹਨੂੰ ਕਿਹਨੂੰ ਉੱਤਰ ਦੇਵੇਗਾ, ਆਪਣੇ ਕਰਮਾਂ ਦਾ, ਆਪਣੇ ਜਨਮਾਂ ਦਾ, ਆਪਣੇ ਖਾਣ ਪੀਣ ਦਾ, ਫਿਰ ਕਿਹਨੂੰ ਕਿਹਨੂੰ ਜਾ ਕੇ ਉੱਤਰ ਦੇਵੇਗਾ ਵੀ ਮੈਂ ਆਹ ਮਾੜਾ ਕੀਤਾ ਅਤੇ ਆਹ ਚੰਗਾ ਕੀਤਾ, ਕਿਹਨੂੰ ਜਾ ਕੇ ਜਵਾਬ ਦੇਈ ਕਰੇਗਾ। ਮਹਾਰਾਜ ਫਰਮਾਉਂਦੇ ਹਨ ਭਿਖਿਆ ਨਾਮ ਸੰਤੋਖ ਮੜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਸ ਵੇਲੇ ਪੁੱਛਿਆ, ਸਤਿਗੁਰੂ ਫਿਰ ਭਿਖਿਆ ਕਿਵੇਂ ਲੈਣੀ ਚਾਹੀਦੀ ਔਰ ਸਫਲੀ ਕਿਵੇਂ ਕਰਨੀ ਚਾਹੀਦੀ ਹੈ? ਅਤੇ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਉੱਤਰ ਦਿੰਦੇ ਹਨ ਭਿਖਿਆ ਨਾਮ ਸੰਤੋਖ ਮੜੀ। ਮਹਾਰਾਜ ਕਹਿੰਦੇ ਜੇ ਭਿਖਿਆ ਲੈਣੀ ਚਾਹੁੰਦਾ ਨਾ ਅਤੇ ਗੁਰੂ ਦੇ ਕੋਲੋਂ ਭਿੱਖਿਆ ਲੈ, ਨਾਮ ਦੀ ਭਿੱਖਿਆ ਲੈ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ। ਕੀ ਮੰਗਿਆ? ਨਾਮ ਦਿਓ ਮੰਗਤ ਜਨ ਕੋ। ਜੇ ਭਿੱਖਿਆ ਮੰਗਣੀ ਹੈ ਤਾਂ ਨਾਮ ਦੀ ਮੰਗ, ਝੋਲੀ ਅੱਡ ਕੇ ਇਹ ਗੱਲ ਕਹਿ ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਜੇ ਮੰਗਣਾ ਹੀ ਹੈ ਨਾ ਤਾਂ ਉਹਦੇ ਕੋਲੋਂ ਨਾਮ ਮੰਗ, ਇਹ ਹੈ ਭਿੱਖਿਆ। ਦੁਨਿਆਵੀ ਭਿੱਖਿਆ ਆਪਾਂ ਮੰਗਦੇ, ਕਿਹੜਾ ਆਪਾਂ ਭਿੱਖਿਆ ਨਹੀਂ ਮੰਗਦੇ, ਫਰਕ ਇਹ ਹੈ
ਮੰਗਤਾ ਉੱਥੇ ਸੜਕ 'ਤੇ ਖਲੋਤਾ, ਅੱਗੇ ਠੂਠਾ ਕਰ ਦਿੰਦਾ, ਰੁਪਈਆ ਦੇ ਦਿਓ, ਅਸੀਂ ਗੁਰੂ ਅੱਗੇ ਆ ਕੇ ਝੋਲੀ ਅੜਦੇ ਹਾਂ, ਮਹਾਰਾਜ ਇਹਦੇ 'ਚ ਆਹ ਵੀ ਪਾ ਦਿਓ, ਆਹ ਵੀ ਪਾ ਦਿਓ, ਭਿਖਾਰੀ ਤਾਂ ਆਪਾਂ ਵੀ ਹਾਂ। ਪਰ ਦੁਨਿਆਵੀ ਪਦਾਰਥ ਮੰਗਦੇ ਪਏ ਹਾਂ, ਸੰਸਾਰੀ ਜਿਹੜੇ ਸਾਨੂੰ ਬਿਨਾਂ ਮੰਗਿਆਂ ਮਿਲ ਜਾਣੇ, ਕਰਮਾਂ 'ਚ ਰੱਬ ਨੇ ਲਿਖ ਦਿੱਤੇ, ਬੈਠੀਆਂ ਹੀ ਮਿਲੇਗਾ ਸਭ ਕੁਛ। ਪਰ ਅਸੀਂ ਉਹ ਮੰਗੀਏ ਜਿਹੜਾ ਸਾਨੂੰ ਨਾਮ ਦੀ ਦਾਤ ਮਹਾਰਾਜ ਦਿਓ, ਕਿਰਪਾ ਕਰਕੇ ਸਾਡਾ ਜੀਵਨ ਸਫਲਾ ਹੋਵੇ। ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਈ ਭਿਖਿਆ ਨਾਮ, ਜੇ ਭਿਖਿਆ ਲੈਣੀ ਹੈ ਨਾਮ ਦੀ ਭਿਖਿਆ ਲੈ ਮਹਾਰਾਜ, ਕਿਰਪਾ ਕਰੋ, ਮੈਂ ਨਾਮ ਜਪਾਂ, ਮੈਂ ਬਾਣੀ ਪੜ੍ਹਾਂ, ਮੈਂ ਸਿਮਰਨ ਕਰਾਂ, ਇਹ ਤੁਹਾਡੀ ਕਿਰਪਾ ਬਿਨਾਂ ਨਹੀਂ ਹੋ ਸਕਦਾ ਹੈ। ਪ੍ਰਭ ਕਹਿ ਸਿਮਰਨ, ਮਹਾਰਾਜ ਕਹਿੰਦੇ ਪਰਮਾਤਮਾ ਦਾ ਸਿਮਰਨ ਹੀ ਹੈ ਜਿਹਦੇ ਵਿੱਚੋਂ ਸਭ ਕੁਝ ਮਿਲੇਗਾ, ਪਰ ਹੋਵੇਗਾ ਉਹਦੀ ਸੇ ਸਿਮਰੇ ਜਿਹਨੇ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਸਿਮਰੇਗਾ ਵੀ ਉਹੀ ਜਿਹਨੂੰ ਤੂੰ ਆਪ ਸਿਮਰਾਉਂਦਾ ਹੈ, ਕੀਰਤਨ ਵੀ ਉਹੀ ਕਰੇਗਾ ਜਿਹਦੇ ਕੋਲੋਂ ਆਪ ਕਰਾਉਂਦਾ ਹੈ, ਪਾਠ ਵੀ ਉਹ ਕਰੇਗਾ ਜਿਹਦੇ ਕੋਲੋਂ ਤੁਸੀਂ ਖੁਦ ਕਰਵਾਉਂਦੇ ਪਏ, ਅਤੇ ਕਥਾ ਵੀ ਉਹ ਕਰੇਗਾ ਜਿਹਦੇ ਕੋਲੋਂ ਤੁਸੀਂ ਕਰਵਾਉਂਦੇ ਪਏ, ਅਤੇ ਸੁਣਦਾ ਵੀ ਉਹੀ ਪਿਆ ਜਿਹਨੂੰ ਤੁਸੀਂ ਆਪ ਸੁਣਾਉਂਦੇ ਪਏ, ਬਿਠਾ ਕੇ ਵੀ ਬੈਠ ਪਿਆ ਰਿਹਾ ਤੈਨੂੰ ਸੁਣਾਈਏ ਕੋਈ ਭਜਨ, ਇਹ ਆਪ ਹੀ ਕਰਦੇ ਪਏ। ਸੇ ਸਿਮਰੇ ਜਿਹਨੇ ਆਪ ਸਿਮਰਾਏ, ਜਿਹਨੂੰ ਆਪ ਕਿਰਪਾ ਕਰਦਾ ਸਿਮਰਦਾ ਉਹੀ ਹੈ। ਗੁਰੂ ਦੇ ਕੋਲੋਂ ਇਹ ਮੰਗਿਆ ਕਰ, ਮਹਾਰਾਜ ਮੇਰੀ ਝੋਲੀ ਵਿੱਚ ਆਪ ਭਿਖਿਆ ਪਾ ਦਿਓ, ਨਾਮ ਦੀ ਭਿਖਿਆ ਪਾਉਣਾ ਕਰੋ। ਭਿਖਿਆ ਨਾਮ ਸੰਤੋਖ ਮੜੀ। ਜਿਹੜੇ ਜੋਗੀ ਨੇ ਮੜੀਆਂ ਵਿੱਚ ਜਾ ਕੇ ਬੈਠੇ ਰਹਿੰਦੇ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪ੍ਰਤੱਖ ਮੜੀਆਂ ਵਿੱਚ ਬੈਠਿਆਂ ਕੁਝ ਨਹੀਂ ਹੋਣਾ। ਗੁਰੂ ਦੇ ਕੋਲੋਂ ਸੰਤੋਖ ਦੀ ਮੜੀ ਮੰਗ, ਜਥਾ ਲਾਭ ਤਥਾ ਸੰਤੁਸ਼ਟ, ਜੋ ਮੈਨੂੰ ਮਿਲ ਗਿਆ ਹੈ ਇਹਦੇ ਵਿੱਚ ਹੀ ਬੜਾ ਕੁਝ ਹੈ, ਮੈਨੂੰ ਹੋਰ ਕੁਝ ਚਾਹੀਦਾ ਵੀ ਨਹੀਂ। ਭਾਈ ਮਾਂ ਸਿੰਘ ਸਾਹਿਬ ਨੂੰ ਕਹਿਣ ਲੱਗੇ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਕਹਿੰਦੇ ਮਾਂ ਸਿਆ ਮੰਗਲਾ ਕੀ ਚਾਹੀਦਾ। ਮਹਾਰਾਜ ਕਹਿਣ ਲੱਗਾ, ਕਹਿਣ ਲੱਗਾ ਮਹਾਰਾਜ ਭੁੱਖ ਰਿਹਾ ਹੀ ਨਹੀਂ ਗਈ ਕੋਈ, ਸਭ ਕੁਝ ਤੁਹਾਡਾ ਦਿੱਤਾ, ਕੁਝ ਨਹੀਂ ਚਾਹੀਦਾ। ਅਤੇ ਭਾਈ ਦਾਨ ਸਿੰਘ ਨੂੰ ਆਖਿਆ ਨਾ ਮਹਾਰਾਜ ਨੇ, ਕਹਿਣ ਲੱਗੇ ਦਾਨ ਸਿਆ ਮੰਗ ਕੀ ਚਾਹੀਦਾ, ਕਿੰਨੀ ਤਨਖਾਹ ਚਾਹੀਦੀ ਹੈ, ਨਾਲਦਿਆਂ ਨੇ ਲੈ ਲਈ ਤੂੰ ਵੀ ਲੈ ਲਾ। ਉਹਨੇ ਹੱਥ ਜੋੜ ਕੇ ਆਖਿਆ ਮਹਾਰਾਜ ਨਹੀਂ, ਇਹ ਦੁਨਿਆਵੀ ਪਦਾਰਥ ਦੇ ਚਾਹੀਦੇ ਨੇ, ਰੱਜ ਆ ਗਿਆ, ਸੰਤੋਖ ਆ ਗਿਆ। ਗੁਰੂ ਦੇ ਕੋਲੋਂ ਮੰਗਣਾ ਅਤੇ ਸੰਤੋਖ ਮੰਗ, ਭੁੱਖਾਂ ਤਾਂ ਰਾਜਿਆਂ ਦੀਆਂ ਨਹੀਂ ਮੁੱਕੀਆਂ, ਰਾਜੇ ਵੀ ਭੁੱਖੇ ਹੀ ਦੁਨੀਆਂ ਤੋਂ ਤੁਰ ਗਏ, ਰੱਜੇ ਤਾਂ ਰਾਜੇ ਵੀ ਨਹੀਂ, ਅਤੇ ਬੰਦਾ ਕਿਵੇਂ ਰੱਜ ਆਵੇ। ਮਹਾਰਾਜ ਕਹਿੰਦੇ ਗੁਰੂ ਕੋਲੋਂ ਮੰਗਣਾ ਸੰਤੋਖ ਮੰਗ, ਸੰਤੋਖ ਬਿਨਾਂ ਰੱਜ ਨਹੀਂ ਆਵੇਗਾ। ਅਤੇ ਸੰਤੋਖ ਕਿਵੇਂ ਆਵੇਗਾ, ਸੁਣਿਆ ਸਤ ਸੰਤੋਖ ਗਿਆਨ, ਜਦੋਂ ਬਾਣੀ ਨੂੰ ਸੁਣੇਗਾ ਨਾ, ਇਹਦੇ ਸੁਣਨ ਵਿੱਚੋਂ ਹੀ ਸੰਤੋਖ ਮਿਲਣਾ ਹੈ, ਗੁਰੂ ਦੀ ਬਾਣੀ ਵਿੱਚੋਂ ਹੀ ਸੰਤੋਖ ਪੈਦਾ ਹੋਣਾ ਹੈ। ਅਤੇ ਸੰਤੋਖ ਵਾਲਿਆਂ ਨੂੰ ਫਿਰ ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਰਹਿ ਜਾਂਦੀ ਹੈ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰਦੀਜੈ ਨਾਮ, ਉਹਨਾਂ ਦੀ ਬਿਰਤੀ ਇਹ ਬਣ ਜਾਂਦੀ ਹੈ ਵੀ ਜੋ ਅੱਜ ਮੰਗ ਕੇ ਲਵਾਂਗੇ ਉਹ ਕੱਲ੍ਹ ਨੂੰ ਚਲੇ ਵੀ ਜਾਣਾ ਹੈ, ਜਿਹੜੀ ਚੀਜ਼ ਚਲੇ ਹੀ ਜਾਣੀ ਉਹਦਾ ਮੰਗਣਾ ਹੀ ਕੀ ਹੈ, ਮੰਗੀਏ ਹੀ ਫਿਰ ਉਹ ਨਾਮ ਹੀ ਮੰਗੀਏ ਜਿਹੜਾ ਜਪ ਕੇ ਸਾਡਾ ਭਲਾ ਹੋਵੇ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਸੰਤੋਖ ਜਿਹੜਾ ਹੈ ਇਹੋ ਹੀ ਮੜੀ ਹੈ, ਸੰਤੋਖ ਵਿੱਚ ਰਹਿਣਾ ਕਰ। ਸਦਾ ਸੱਚ ਹੈ ਨਾਲ, ਜਿਹੜਾ ਪਰਮਾਤਮਾ ਹਰ ਵੇਲੇ ਮੇਰੇ ਨਾਲ ਹੈ ਇਹ ਨਿਸ਼ਚੇ ਕਰਨਾ, ਜਿਹੜਾ ਇਹ ਨਿਸ਼ਚਾ ਹੋ ਜਾਣਾ ਨਾ ਪੱਕਾ ਵੀ ਮੈਂ ਪ੍ਰਸ਼ਾਦਾ ਛਕਦਾ ਤਾਂ ਮੇਰੇ ਨਾਲ ਹੀ ਬੈਠਾ ਹੈ, ਮੈਂ ਕੰਮ ਕਰਦਾ ਤਾਂ ਮੈਨੂੰ ਵੇਖਦਾ ਪਿਆ, ਮੈਂ ਤੁਰਦਾ ਪਿਆ ਤਾਂ ਮੇਰੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਬਾਬਾ ਵਿਧੀ ਚੰਦ ਬਲ ਦੇ ਭੱਠ ਵਿੱਚ ਬੈਠਦੇ, ਉਹਨੂੰ ਪਤਾ ਵੀ ਗੁਰੂ ਮੇਰੇ ਨਾਲ ਹੈ, ਮੇਰਾ ਵਾਲ ਨਹੀਂ ਵਿੰਗਾ ਹੋ ਸਕਦਾ। ਗੁਰਮੁਖੋ ਦੇਵੀ ਦਾਸ ਹੋਇਆ ਨਾ,
ਇੱਕ ਵਿਅਕਤੀ ਦੇਵੀ ਦਾਸ ਗੁਪਤਚਰ ਹੈ, ਗੁਪਤਚਰ ਕਹੀਏ CID ਲੈਣ ਵਾਲਾ, ਅਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਗਿਆ। ਭੀਮ ਚੰਦ ਰਾਜੇ ਨੇ ਭੇਜਿਆ, ਜਾ ਕੇ ਉੱਥੋਂ ਸਾਰੀ ਖਬਰ ਲੈ ਕੇ ਆ, ਸਿੱਖ ਬਣ ਗਿਆ ਆ ਕੇ, ਸਿੱਖਾਂ ਵਾਲੇ ਕੱਪੜੇ ਪਾਉਂਦਾ, ਪੂਰਾ ਭੇਦ ਲੈ ਕੇ ਦੱਸਦਾ। ਸਿੰਘਾਂ ਦੀ ਸੰਗਤ ਵਿੱਚ ਰਹਿ ਕੇ ਬਾਣੀ ਪੜ੍ਹਦਿਆਂ ਮਨ ਹੀ ਬਦਲ ਗਿਆ, ਉਹ ਮਨਾ ਇਹ ਕੀ ਕਰਦਾ ਪਿਆ। ਜਦੋਂ ਵਾਪਸ ਗਿਆ ਨਾ ਭੀਮ ਚੰਦ ਦੇ ਕੋਲ, ਉਹਨੇ ਆਖਿਆ ਵੀ ਜਿੰਨੀਆਂ ਖਬਰਾਂ ਤੈਨੂੰ ਦਿੱਤੀਆਂ ਅਤੇ ਜਿੰਨੀ ਤਨਖਾਹ ਤੇਰੇ ਤੋਂ ਲਈ ਉਹ ਆਪਣਾ ਹਿਸਾਬ ਕਿਤਾਬ ਬਰਾਬਰ ਹੈ, ਮੈਨੂੰ ਹੁਣ ਤਨਖਾਹ ਨਹੀਂ ਤੇਰੀ ਚਾਹੀਦੀ ਅਤੇ ਨਾ ਮੈਂ ਕੋਈ ਖਬਰ ਦੇਣੀ ਹੈ। ਅਤੇ ਭੀਮ ਚੰਦ ਨੇ ਪੁੱਛਿਆ ਵੀ ਕਿਉਂ? ਕਹਿਣ ਲੱਗਾ ਵੀ ਤੂੰ ਪਾਪ 'ਤੇ ਝੂਠਾ ਹੈ, ਉੱਧਰ ਸੱਚ 'ਤੇ ਕਮਾਈ ਹੈ, ਗੁਰੂ ਗੋਬਿੰਦ ਸਿੰਘ ਵਰਗਾ ਕੋਈ ਹੋਣਾ ਨਹੀਂ। ਅਤੇ ਭੀਮ ਚੰਦ ਨੂੰ ਬੜਾ ਗੁੱਸਾ ਚੜਿਆ ਉਸ ਵੇਲੇ, ਆਪਣੇ ਸਿਪਾਹੀਆਂ ਨੂੰ ਕਹਿੰਦਾ ਵੀ ਇਹਨੂੰ ਬੰਨ੍ਹ ਕੇ ਅਤੇ ਪਹਾੜੀ ਦੇ ਉੱਪਰ ਲੈ ਜਾਓ ਅਤੇ ਇਹਦੀਆਂ ਅੱਖਾਂ ਵਿੱਚ ਸਲਾਈਆਂ ਮਾਰ ਦਿਓ ਤੱਤੀਆਂ ਕਰਕੇ। ਇਹ ਕਹਿੰਦਾ ਵੀ ਇਹਨਾਂ ਅੱਖਾਂ ਨਾਲ ਮੈਂ ਗੁਰੂ ਨੂੰ ਤੱਕਿਆ, ਸਲਾਈਆਂ ਮਾਰ ਕੇ ਸੁੱਟ ਦਿਓ ਪਹਾੜੀ ਤੋਂ ਥੱਲੇ। ਅਤੇ ਜਦੋਂ ਗੁਰਮੁਖੋ ਦੇਵੀ ਦਾਸ ਨੂੰ ਬੰਨ੍ਹ ਕੇ ਪਹਾੜੀ ਉੱਪਰ ਖੜ੍ਹਾ ਕੀਤਾ ਗਿਆ ਨਾ, ਅਤੇ ਜਲਾਦਾਂ ਨੇ ਸਲਾਈਆਂ ਫੇਰੀਆਂ, ਅਤੇ ਉਸ ਵੇਲੇ ਦੇਵੀ ਦਾਸ ਨੇ ਬੱਧੇ ਹੋਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰਿਆ, ਪਾਤਸ਼ਾਹ ਆਪ ਕਿਰਪਾ ਕਰੋ। ਜਲਾਦਾਂ ਨੇ ਸਲਾਈਆਂ ਫੇਰੀਆਂ, ਦੇਵੀ ਦਾਸ ਦੀਆਂ ਅੱਖਾਂ ਨੂੰ ਤਾਂ ਕੁਝ ਨਹੀਂ ਹੋਈਆਂ, ਉਹ ਸਲਾਈਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਚਰਨਾਂ 'ਤੇ ਲੈ ਲਈਆਂ। ਅਤੇ ਮਾਤਾ ਸਾਹਿਬ ਮਾਤਾ ਗੁਜਰੀ ਜੀ ਨੇ ਪੁੱਛਿਆ, ਕਹਿਣ ਲੱਗੇ ਪੁੱਤਰ ਕਿਤੇ ਉਹ ਮਾਸ ਦੇ ਸੜਨ ਦੀ ਵਾਸ਼ਨਾ ਆਉਂਦੀ ਪਈ ਹੈ? ਅਤੇ ਉਸ ਵੇਲੇ ਸਤਿਗੁਰਾਂ ਨੇ ਦੱਸਿਆ, ਕਹਿਣ ਲੱਗੇ ਮਾਤਾ ਜੀ, ਇੱਕ ਸਿੱਖ ਆਪਣੀਆਂ ਅੱਖਾਂ ਦੇ ਵਿੱਚ ਸਾਡੇ ਚਰਨਾਂ ਦਾ ਧਿਆਨ ਰੱਖ ਕੇ ਬੈਠਾ ਸੀ, ਉਹਦੀਆਂ ਸਲਾਈਆਂ ਚਰਨਾਂ 'ਤੇ ਲੈਂਦੇ ਪਏ। ਇੱਕ ਵਾਰੀ ਆਖੀਏ ਸਤਨਾਮ। ਇਹ ਜਿਨ੍ਹਾਂ ਨੇ ਨਿਸ਼ਚਾ ਕੀਤਾ ਹੈ ਵੀ ਗੁਰੂ ਮੇਰੇ ਨਾਲ ਹੈ, ਇਸ ਤਰ੍ਹਾਂ ਦਾ ਨਿਸ਼ਚਾ ਤੇਰਾ ਹੋਵੇ ਦੇਵੀ ਦਾਸ ਵਰਗਾ। ਅਤੇ ਦੇਵੀ ਦਾਸ ਆਇਆ ਮਹਾਰਾਜ ਦੇ ਕੋਲ, ਪੱਟੀਆਂ ਬੱਧੀਆਂ ਵੇਖ ਕੇ ਬੜਾ ਹੈਰਾਨ ਹੋਇਆ ਮਹਾਰਾਜ, ਕੋਈ ਸੱਟ ਚੋਟ ਲੱਗ ਗਈ ਹੈ ਵੀ ਆਪ ਨੇ ਪੱਟੀ ਬੰਨ੍ਹ ਲਈ ਚਰਨਾਂ 'ਤੇ? ਅਤੇ ਪਾਤਸ਼ਾਹ ਕਹਿਣ ਲੱਗੇ, ਦੇਵੀ ਦਾਸ, ਤੂੰ ਆਪਣੇ ਨੇਤਰਾਂ ਵਿੱਚ ਸਾਡੇ ਚਰਨ ਵਸਾਲੇ ਸਨ ਅਤੇ ਤੇਰੀਆਂ ਸਲਾਈਆਂ ਚਰਨਾਂ 'ਤੇ ਲੈ ਲਈਆਂ, ਜੇ ਤੂੰ ਆਪਣੇ ਨੇਤਰਾਂ ਦੇ ਵਿੱਚ ਸਾਡੇ ਨੇਤਰ ਵੀ ਵਸਾ ਲੈਂਦਾ, ਤੇਰੀਆਂ ਸਲਾਈਆਂ ਅਸੀਂ ਆਪਣੇ ਨੇਤਰਾਂ 'ਤੇ ਵੀ ਲੈ ਲੈਣੀਆਂ ਸਾ। ਇਹ ਹੈ ਜਿਨ੍ਹਾਂ ਨੇ ਨਿਸ਼ਚੇ ਕੀਤਾ ਹੈ, ਗੁਰੂ 'ਤੇ ਭਰੋਸਾ ਕਰਨ ਵਾਲੇ ਐਸੇ। ਮਹਾਰਾਜ ਕਹਿਣ ਲੱਗੇ, ਸਦਾ ਸੱਚ ਹੈ ਨਾਲ, ਤੈਨੂੰ ਨਿਸ਼ਚਾ ਹੋਵੇ ਗੁਰੂ ਕਿਹਾ ਸਿੱਖਾ ਵੀ ਗੁਰੂ ਮੇਰੇ ਹਰ ਵੇਲੇ ਨਾਲ, ਜਦੋਂ ਇਹ ਭਰੋਸਾ ਹੋ ਗਿਆ ਫਿਰ ਤੇਰੇ ਕੋਲੋਂ ਮਾੜਾ ਕੰਮ ਹੋਣਾ ਹੀ ਕੋਈ ਨਹੀਂ। ਮਾੜਾ ਤਾਂ ਉਦੋਂ ਹੀ ਹੁੰਦਾ ਨਾ, ਮੈਨੂੰ ਕੋਈ ਵੇਖਦਾ ਨਹੀਂ ਪਿਆ। ਕਹਿੰਦੇ ਇਸ ਤਰ੍ਹਾਂ ਦਾ ਨਿਸ਼ਚਾ ਬਣਾਉਣਾ ਕਰ, ਭੇਖਾਂ ਦੇ ਧਾਰਨ ਕਰਨ ਦੇ ਨਾਲ ਰੱਬ ਕਦੇ ਲੱਭਿਆ ਨਹੀਂ। ਤੁਸੀਂ ਜੋਗੀ ਬਣ ਜਾਓ, ਸੰਨਿਆਸੀ ਬਣ ਜਾਓ, ਬ੍ਰਹਮਚਾਰੀ ਬਣ ਜਾਓ, ਜੈਨੀ ਬੋਧੀ ਬਣ ਜਾਓ, ਭੇਖ ਜਿਹੜਾ ਮਰਜ਼ੀ ਬਣਾ ਲਓ, ਧਰਮ ਦਾ ਭੇਖ ਬਣਾਉਣ ਦੇ ਨਾਲ ਰੱਬ ਨਹੀਂ ਜੇ ਲੱਭਿਆ ਕਿਸੇ। ਕੋਈ ਬੰਦਾ ਦਾਅਵਾ ਨਹੀਂ ਕਰ ਸਕਦਾ ਵੀ ਮੇਰੇ ਧਰਮ ਦੇ ਵਿੱਚ ਮੇਰਾ ਭੇਖ ਬਣਾਓਗੇ ਤਾਂ ਰੱਬ ਤੁਹਾਨੂੰ ਹੁਣੇ ਪ੍ਰਗਟ ਹੋਵੇਗਾ। ਭੇਖੀਆਂ ਨੂੰ ਰੱਬ ਤਾਂ ਲੱਭਦਾ ਹੀ ਨਹੀਂ। ਮਹਾਰਾਜ ਕਹਿਣ ਲੱਗੇ, ਧਰੇ ਕੇਸ ਪਾਹੁਲ ਬਿਨਾ ਭੇਖੀ ਮੂੜਾ ਸਿੱਖ। ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਆਖਿਆ ਵੀ ਅੰਮ੍ਰਿਤ ਨਹੀਂ ਛਕਿਆ, ਇਕੱਲੇ ਕੇਸ ਰੱਖਦਾ ਹੈ, ਉਹ ਭੇਖੀ ਸਿੱਖ ਹੈ। ਮੇਰਾ ਦਰਸ਼ਨ ਨਾਹੇ ਤਿਸ, ਜਿੰਨਾ ਮਰਜ਼ੀ ਯਤਨ ਕਰ ਲਵੇ ਮੇਰਾ ਦਰਸ਼ਨ ਨਹੀਂ ਹੋਵੇਗਾ, ਦਿਦਾਰਾ ਨਹੀਂ ਹੋਵੇਗਾ। ਪਾਪੀ ਤਿਆਗੈ ਭੇਖੋ ਛੱਡ ਹੀ ਦੇਵੇ ਭੇਖ ਧਾਰਨ ਕਰਨ। ਜੇ ਸਿੱਖ ਵੀ ਭੇਖੀ ਬਣ ਗਿਆ ਤਾਂ ਪ੍ਰਾਪਤੀ ਇਹਨੂੰ ਵੀ ਕੋਈ ਨਹੀਂ ਹੈ।
ਮਹਾਰਾਜ ਕਹਿੰਦੇ ਭੇਖੀ ਹੱਥ ਨਾ ਲੱਭੀਆ ਲੱਧੀਆ। ਜਿਹੜੇ ਭੇਖੀ ਨੇ, ਭੇਖ ਬਣਾਉਣ ਵਾਲੇ, ਸਰੂਪ ਬਣਾਉਣ ਵਾਲੇ, ਬਣਾਵਟ ਬਣਾ ਕੇ ਵਿਖਾਉਣ ਵਾਲੇ, ਜਿਹੜੇ ਬਨੌਟੀ ਨੇ, ਭੇਖੀ ਕਿਹਾ ਜਾਂਦਾ ਬਨੌਟੀ ਨੂੰ, ਬੰਦਾ ਹੁੰਦਾ ਨਹੀਂ ਪਰ ਬਣ ਕੇ ਵਿਖਾਉਂਦਾ, ਸਾਧੂ ਹੈ ਨਹੀਂ ਸਾਧੂ ਬਣ ਕੇ ਵਿਖਾਇਆ, ਯੋਗੀ ਹੈ ਨਹੀਂ ਯੋਗੀ ਬਣ ਕੇ ਵਿਖਾਇਆ, ਸਿੱਖ ਹੈ ਨਹੀਂ ਸਿੱਖ ਬਣ ਕੇ ਵਿਖਾਇਆ, ਬਨੌਟੀ ਨੂੰ ਕਹਿੰਦੇ ਨੇ ਭੇਖੀ। ਮਹਾਰਾਜ ਕਹਿੰਦੇ ਭੇਖੀਆਂ ਨੂੰ ਮਨ ਰੂਪੀ ਹੱਥ ਦੇ ਨਾਲ ਪਰਮੇਸ਼ਰ ਕਦੇ ਲੱਭਾ ਨਹੀਂ ਹੈ। ਸਭ ਬੰਦੀ ਜਮ ਕਾਲ, ਇੱਕ ਦਿਨ ਸਮਾਂ ਆਉਣਾ ਜਮਾ ਦੇ ਰਾਜੇ ਨੇ ਆ ਕੇ ਬੰਨ ਕੇ ਲੈ ਜਾਣਾ, ਜਮਾ ਨੇ ਬੰਨ ਕੇ ਲੈ ਜਾਣਾ, ਕਿਉਂਕਿ ਕਾਲ ਸਮਾਂ ਉਹਦੇ ਹੱਥ ਵਿੱਚ ਹੀ ਹੈ। ਜਦੋਂ ਤੇਰਾ ਸਮਾਂ ਪੂਰਾ ਹੋ ਗਿਆ, ਜਮਾ ਨੇ ਬੰਨ ਕੇ ਤੈਨੂੰ ਇੱਥੋਂ ਖੜਨਾ, ਤੈਨੂੰ ਲੈ ਕੇ ਜਾਣਾ, ਬਚਿਆ ਨਹੀਂ ਜਾਏਗਾ, ਛੁੱਟਿਆ ਨਹੀਂ ਹੋ ਜਾਣਾ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ, ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ, ਚੌਵਾਂ ਦੇ ਮੋਢੇ ਦੇ ਉੱਪਰ ਫਿਰ ਅਸੀਂ ਤੁਰ ਪੈਂਦੀ ਹੈ, ਬਚਦਾ ਕੋਈ ਨਹੀਂ, ਦਰਵਾਜ਼ੇ ਅੜਦੇ ਕੋਈ ਨਹੀਂ ਮੌਤ ਦੇ ਅੱਗੇ, ਜਿੱਥੇ ਵੀ ਬੈਠਾ ਹੋਵੇਗਾ ਉਸਨੇ ਲੱਭ ਲੈਣਾ ਹੈ। ਨਾਨਕ ਗੱਲਾਂ ਝੂਠੀਆਂ, ਨਾਮ ਤੋਂ ਬਿਨਾਂ ਸਾਰੀਆਂ ਗੱਲਾਂ ਝੂਠੀਆਂ, ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀਆਂ ਮਰਜ਼ੀ ਗੱਲਾਂ ਕਰਦੇ ਰਹੋ, ਐਵੇਂ ਗੱਲੀ ਅੱਲ ਪਲਾਲੀਆਂ ਕੰਮ ਨਾ ਆਵੇ, ਮਿੱਤ ਉਹ ਕੰਮ ਥੋੜ੍ਹੀ ਆਉਣੀ ਹੈ, ਤੁਹਾਡਾ ਆਪਣਾ ਹੀ ਦਿਮਾਗ ਖਰਾਬ ਹੋਣਾ, ਖਤਮ ਹੋਣਾ। ਗੱਲਾਂ ਨਾਮ ਤੋਂ ਬਿਨਾਂ ਝੂਠੀਆਂ ਨੇ। ਅਸੀਂ ਹੱਥ ਵਿੱਚ ਮੋਬਾਈਲ ਫੜਿਆ ਨਾ, ਮੋਬਾਈਲ ਦੇ ਉੱਪਰ ਵੀਡੀਓ ਵੇਖਦੇ ਪਏ ਨਾ, ਨਿੱਕੇ ਨਿੱਕੇ ਦੁਨੀਆ ਦੇ ਕਾਰਨਾਮੇ ਵੇਖਦੇ ਪਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਮਰਜ਼ੀ ਵੇਖੀ ਜਾਓ, ਕੁਛ ਨਹੀਂ ਲੱਭਣਾ ਉਹਦੇ ਵਿੱਚ। ਅਸੀਂ ਆਖਦੇ ਨਾ ਸਾਨੂੰ ਚੇਤਾ ਭੁੱਲਣ ਲੱਗ ਪੈਂਦਾ, ਇਹ ਚੇਤਾ ਭੁੱਲਣਾ ਸਭ ਤੋਂ ਵੱਡੀ ਬਿਮਾਰੀ, ਜਿੰਨਾ ਵੱਧ ਮੋਬਾਈਲ ਦੀ ਕੋਈ ਵਰਤੋਂ ਕਰਦਾ ਉਨਾ ਵੱਧ ਉਹ ਬਿਮਾਰੀ ਦਾ ਗ੍ਰਸਿਆ ਹੈ। ਨਾ ਉਹ ਸੈਰ ਕਰ ਪਾ ਰਿਹਾ, ਨਾ ਉਹ ਪਰਿਵਾਰ ਨੂੰ ਟਾਈਮ ਦੇ ਪਾ ਰਿਹਾ, ਨਾ ਉਹਦੇ ਕੋਲੋਂ ਨਿਤਨੇਮ ਹੁੰਦਾ ਪਿਆ, ਨਾ ਅੰਮ੍ਰਿਤ ਵੇਲਾ ਸਾਂਭਿਆ ਜਾ ਰਿਹਾ। ਮੋਬਾਈਲ ਨੇ ਦੂਰੋਂ ਵੱਡਾ ਕਲਯੁੱਗ ਜੇਬ ਦੇ ਵਿੱਚ ਪਾ ਕੇ ਬੈਠਾ, ਜਿਹਨੂੰ ਹੱਥ ਵਿੱਚ ਫੜ ਕੇ ਲੱਗ ਪਈਏ ਚਲਾਉਣ, ਤਾਂ ਫਿਰ ਪਤਾ ਹੀ ਨਹੀਂ ਲੱਗਦਾ ਵੀ ਸਮਾਂ ਕਿੱਧਰ ਚਲੇ ਗਿਆ। ਮਹਾਰਾਜ ਕਹਿਣ ਲੱਗੇ, ਇੱਕ ਪਾਸੇ ਆਖਦਾ ਵੀ ਚੇਤਾ ਭੁੱਲਦਾ ਪਿਆ, ਯਾਦਾਸ਼ਤ ਹੁਣ ਕਾਇਮ ਨਹੀਂ ਰਹਿ ਗਈ ਹੈ, ਨਿਤਨੇਮ ਨਹੀਂ ਹੁੰਦਾ, ਸਰੀਰ ਬੜਾ ਟੁੱਟਿਆ ਭੱਜਿਆ ਰਹਿੰਦਾ, ਢਿੱਲ ਮੱਠ ਰਹਿੰਦੀ ਹੈ, ਇਹ ਸਾਰੀਆਂ ਮੁਸੀਬਤਾਂ ਦਾ ਕਾਰਨ ਤਾਂ ਇਹ ਹੈ ਵੀ ਨਿਤਨੇਮ ਛੁੱਟ ਗਿਆ, ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਬਾਣੀ ਪੜ੍ਹ ਨਹੀਂ ਸਕਦਾ, ਕੰਮ ਕੋਈ ਕਰ ਨਹੀਂ ਸਕਦਾ, ਅਤੇ ਫਿਰ ਇਸੇ ਨੇ ਸਭ ਨੁਕਸਾਨ ਪਾ ਦਿੱਤੇ ਨਾ ਸਰੀਰ ਵਿੱਚ ਆ ਕੇ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ, ਨਾਨਕ ਗੱਲਾਂ ਝੂਠੀਆਂ, ਇਹ ਸਾਰੀਆਂ ਦੁਨਿਆਵੀ ਸੰਸਾਰੀ ਗੱਲਾਂ ਝੂਠੀਆਂ ਹਨ। ਸੱਚਾ ਨਾਮ ਸੰਭਾਲ, ਭਾਈ ਪਿਆਰਿਆ, ਅਸੀਂ ਤਾਂ ਇਹ ਗੱਲ ਕਹਾਂਗੇ ਵੀ ਸੱਚੇ ਨਾਮ ਨੂੰ ਸੰਭਾਲਿਆ ਕਰ, ਜਿੰਨਾ ਮੋਬਾਈਲ 'ਤੇ ਜ਼ੋਰ ਦਿੱਤਾ ਹੈ ਨਾ ਉਨਾ ਬਾਣੀ ਪੜ੍ਹਿਆ ਕਰ, ਤੇਰਾ ਭਲਾ ਹੋਵੇ। ਧਰਮਰਾਜ ਦੇ ਦਰਬਾਰ ਵਿੱਚ ਉੱਥੇ ਇਹ ਨਹੀਂ ਪੁੱਛਿਆ ਜਾਣਾ ਵੀ ਤੂੰ ਕਿੰਨਾ ਕੁ ਮੋਬਾਈਲ 'ਤੇ ਕਿਹੜੀ ਕੰਪਨੀ ਦਾ ਚਲਾ ਕੇ ਆਇਆ, ਉੱਥੇ ਇਹ ਪੁੱਛਿਆ ਜਾਣਾ ਵੀ ਨਿਤਨੇਮ ਕਿੰਨਾ ਕਰਕੇ ਆਇਆ, ਇਹ ਪੁੱਛਿਆ ਜਾਵੇਗਾ ਵੀ ਬਾਣੀ ਕਿੰਨੀ ਪੜ੍ਹੀ ਹੈ ਉੱਥੇ। ਅਸੀਂ ਇਹ ਨਹੀਂ ਕਹਿ ਸਕਦੇ ਮੇਰੇ ਕੋਲ 1 ਲੱਖ ਵਾਲਾ ਫੋਨ ਸੀਗਾ ਅਤੇ ਮੈਂ ਸਾਰਾ ਦਿਨ ਉਹੀ ਚਲਾਉਂਦਾ ਰਿਹਾ, ਨਹੀਂ ਸਜ਼ਾ ਵੀ ਫਿਰ ਉਸੇ ਹਿਸਾਬ ਨਾਲ ਮਿਲਣੀ ਹੈ। ਪਰ ਜੇ ਨਿਤਨੇਮ ਕਰੇਗਾ, ਬਾਣੀ ਪੜ੍ਹੇਗਾ, ਇੱਕ ਤਾਂ ਸਰੀਰਕ ਰੋਗਾਂ ਨੂੰ ਬਚ ਜਾਵੇਗਾ, ਦੂਜਾ ਰੱਬ ਦੀ ਦਰਗਾਹ ਵਿੱਚ ਸਫਲਾ ਹੋ ਜਾਏਗਾ। ਅਤੇ ਪਾਤਸ਼ਾਹ ਕਹਿਣ ਲੱਗੇ, ਭਾਈ ਸੱਚਾ ਨਾਮ ਸੰਭਾਲ, ਬਚਨ 'ਤੇ ਹੈ ਵੀ ਨਾਮ ਨੂੰ ਜਪ ਜਿੰਨਾ ਜਪ ਸਕਦਾ ਹੈ। ਮਹਲਾ ਤੀਜਾ, ਜੇ ਧਰ ਲੇਖਾ ਮੰਗਿਆ, ਜਿਸ ਦਰ ਦੀ ਸੇਵਾ ਕੀਤਿਆਂ ਲੇਖਾ ਮੰਗਿਆ ਜਾਵੇ, ਮਤਲਬ ਵੀ ਸੇਵਾ ਤਾਂ ਕੀਤੀ ਹੈ ਕਿਸੇ ਨੇ ਮੜੀ ਦੀ, ਕੋਈ ਜਠੇਰਿਆਂ ਦੀ ਕਰਦਾ ਹੈ, ਇਸੇ ਤਰ੍ਹਾਂ ਖੇੜਿਆਂ ਦੀ ਲੋਕ ਕਰਦੇ, ਪਿੰਡਾਂ ਵਿੱਚ ਖੇੜੇ ਬਣੇ ਹੋਏ ਨੇ, ਨਾ ਕੋਈ ਇਤਿਹਾਸ ਹੈ, ਨਾ ਕੋਈ ਉਹਦੀ ਪਰੰਪਰਾ, ਨਾ ਪਤਾ ਵੀ ਖੇੜਾ ਕਿਹਨੇ ਬਣਾਇਆ ਅਤੇ ਕਿੱਥੋਂ ਆਇਆ,
ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਖੇੜੇ ਦਾ ਮਤਲਬ ਕੀ ਹੁੰਦਾ। ਉਹਦੇ ਉੱਪਰ ਪਾਣੀ ਦੀਆਂ ਬਾਲਟੀਆਂ ਡੋਲੀ ਜਾਂਦੇ, ਕੋਈ ਮੜੀਆਂ ਨੂੰ ਪੂਜੀ ਜਾਂਦਾ, ਕੋਈ ਇਸੇ ਤਰ੍ਹਾਂ ਜਾ ਕੇ ਜਠੇਰਿਆਂ ਦੀ ਪੂਜਾ ਕਰੀ ਜਾਂਦਾ। ਮਹਾਰਾਜ ਕਹਿੰਦੇ ਜਿਨ੍ਹਾਂ ਦਰਾਂ ਦੀ ਸੇਵਾ ਕਰਦਾ ਪਿਆ ਨਾ, ਜੇ ਫਿਰ ਵੀ ਲੇਖਾ ਮੰਗਿਆ ਜਾਵੇ, ਉਹਨਾਂ ਮੜੀਆਂ ਨੂੰ ਨਵਾ ਨਵਾ ਕੇ ਜੇ ਲੇਖਾ ਦੇਣਾ ਪੈਣਾ ਹੈ ਤੇ ਫਿਰ ਐਸੇ ਦਰ ਦੀ ਸੇਵਾ ਹੀ ਕਿਉਂ ਕਰਨੀ ਹੈ? ਜੇ ਮੁੜ ਕੇ ਲੇਖਾ ਹੀ ਮੰਗਿਆ ਜਾਣਾ ਤਾਂ ਫਿਰ ਛੱਡ ਦੇ ਦਰ, ਉਹਦੀ ਸੇਵਾ ਹੀ ਕਿਉਂ ਕਰਦਾ ਪੈ? ਸੇਵਾ ਉਹਦੀ ਕਰ, ਲੇਖਾ ਕੋਈ ਨਾ ਪੁੱਛਾਈ ਜਾਂ ਹਰ ਬਖਸ਼ੰਦਾ, ਉਹਦੀ ਸੇਵਾ ਕਰ, ਜਦੋਂ ਰੱਬ ਹੀ ਮਾਫ਼ ਕਰ ਦੇਵੇ। ਅਤੇ ਮਹਾਰਾਜ ਕਹਿਣ ਲੱਗੇ, ਗੁਰਬਾਣੀ ਦਾ ਵਾਹ ਵਾਕ ਆਪਾਂ ਪੜ੍ਹਦੇ ਹਾਂ, ਜਿਹੜੇ ਗੁਰਮੁਖ ਨੇ ਉਹ ਕਹਿਣ ਲੱਗੇ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ ਹੁਕਮ ਹੈ, ਬੁੱਝ ਸਮਾਵੇਂਗੇ। ਐਸੇ ਗੁਰਮੁਖ ਬਣ ਜਾਂਦੇ। ਕਹਿਣ ਲੱਗੇ ਜਿਸ ਦਰ ਦੀ ਸੇਵਾ ਕੀਤੀਆਂ, ਮੁੜ ਕੇ ਲਿਖੇ ਦਾ ਹੀ ਡਰ ਰਹਿਣਾ, ਉਹਦੀ ਸੇਵਾ ਹੀ ਕਿਉਂ ਕਰਨੀ ਹੈ? ਸੇਵਾ ਹੀ ਉਹਦੀ ਕਰ ਜਿੱਥੋਂ ਤੇਰੇ ਤੋਂ ਕੋਈ ਲੇਖਾ ਨਾ ਲੈਣਾ ਕਰੇ। ਐਸਾ ਸਤਿਗੁਰ ਲੋੜ ਲਹੋ, ਲੋੜ ਤੋਂ ਭਾਵ ਹੈ ਗੁਰਮੁਖਾ ਵੀ ਐਸਾ ਸਤਿਗੁਰੂ ਜਿਹੜਾ ਹੈ ਨਾ, ਉਸਨੂੰ ਲੱਭ ਲਾ, ਉਸਨੂੰ ਚਾਹ ਲਾ, ਇੱਛਾ ਰੱਖ ਵੀ ਗੁਰੂ ਐਸਾ ਮੈਨੂੰ ਮਿਲ ਜਾਵੇ। ਜਿਸ ਗੁਰੂ ਵਰਗਾ ਵੱਡਾ ਕੋਈ ਹੈ ਹੀ ਨਹੀਂ। ਗੁਰਬਾਣੀ ਦਾ ਵਚਨ ਇਹ ਹੈ ਵੀ ਜੇਵੜ ਆਪ ਤੀਵੜ ਤੇਰੀ ਦਾਤ। ਗੁਰਬਾਣੀ ਦਾ ਵਚਨ ਆਪਾਂ ਇਹ ਵੀ ਪੜ੍ਹਦੇ ਹਾਂ ਵੀ ਉਹ ਪਰਮਾਤਮਾ ਗੁਣ ਇਹੋ, ਹੋਰ ਨਾ ਹੀ ਕੋਏ, ਨਾ ਕੋ ਹੋਆ, ਨਾ ਕੋ ਹੋਏ। ਗੁਰੂ ਕਿਆ ਸਿੱਖਾ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਾਲ ਰਾਖੀ ਮੇਰੀ। ਤੇਰੇ ਗੁਰੂ ਵਰਗਾ ਵੱਡਾ ਹੈ ਹੀ ਕੋਈ ਨਹੀਂ। ਅਤੇ ਫਿਰ ਜੇ ਗੁਰੂ ਐਸਾ ਵੱਡਾ ਤਾਂ ਫਿਰ ਐਸੇ ਗੁਰੂ ਨੂੰ ਲੱਭ ਨਾ, ਜੀਵਨ ਅਵਰ ਨਾ ਕੋਈ, ਜਿਹਦੇ ਵਰਗਾ ਕੋਈ ਦੂਜਾ ਹੋਵੇ ਕੋਈ ਨਾ। ਉਸ ਗੁਰੂ ਦੀ ਸੇਵਾ ਕਰ ਜਿਹਦੇ ਵਰਗਾ ਕੋਈ ਹੋ ਨਹੀਂ ਸਕਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਨੀਚੇ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ ਗਰੀਬ ਨਵਾਜ ਗੁਸਈਆ ਮੇਰਾ। ਮਾਥੈ ਛਤਰ ਧਰੈ, ਜਿਹੜੀਆਂ ਦਸਤਾਰਾਂ ਬੰਨ੍ਹ ਕੇ ਅਸੀਂ ਦਰਬਾਰ ਵਿੱਚ ਬੈਠੇ ਹਾਂ ਨਾ, ਇਹ ਦਸਤਾਰਾਂ ਤਾਂ ਬੰਨ੍ਹੀਆਂ ਨੇ, ਦਸਵੇਂ ਪਾਤਸ਼ਾਹ ਨੇ ਆਪਣਾ ਪਰਿਵਾਰ ਸ਼ਹੀਦ ਕਰਵਾਇਆ ਤਾਂ ਕਰਕੇ। ਜੋ ਸ਼ਹੀਦੀ ਨਾ ਨਾ ਦਿੰਦੇ ਆਪਣੇ ਸਾਹਿਬਜ਼ਾਦਿਆਂ ਦੀ, ਆਪਣੇ ਪਿਤਾ ਦੀ, ਆਪਣੀ ਮਾਤਾ ਦੀ, ਆਪ ਅਨੰਦਪੁਰ ਸਾਹਿਬ ਨਾ ਛੱਡਦੇ, ਅਤੇ ਇਹ ਸਾਡੇ ਸਿਰ ਦੇ ਉੱਪਰ ਇਹ ਦਸਤਾਰਾਂ ਨਹੀਂ ਸਨ ਆਉਣੀਆਂ। ਕਿਉਂਕਿ ਬਾਦਸ਼ਾਹ ਔਰੰਗਜ਼ੇਬ ਕਹਿੰਦਾ ਸੀ ਵੀ ਮੈਂ ਮੁਸਲਮਾਨ ਤੋਂ ਬਿਨਾਂ ਦੂਜਾ ਕੋਈ ਰਹਿਣ ਹੀ ਨਹੀਂ ਦੇਣਾ। ਅਤੇ ਇਸ ਧਰਤੀ 'ਤੇ ਥਾਵਾਂ ਥਾਵਾਂ 'ਤੇ ਮਸੀਤਾਂ ਹੁੰਦੀਆਂ, ਅਤੇ ਅਸੀਂ ਵੀ ਅੱਜ ਨੂੰ ਬਾਂਗ ਦੇ ਕੇ ਅਤੇ ਅੱਲਾਹੂ ਕਰਦੇ ਹੁੰਦੇ, ਜੇ ਅੱਜ ਦਸਤਾਰਾਂ ਬੰਨ੍ਹ ਕੇ ਗੁਰੂ ਦਰਬਾਰ ਵਿੱਚ ਬੈਠੇ ਨਿਤਨੇਮ ਕਰਦੇ ਪਏ ਹਾਂ, ਇਹ ਸਾਡੇ ਗੁਰੂ ਪਾਤਸ਼ਾਹ ਦੀ ਸ਼ਹੀਦੀ ਦੇ ਕਰਕੇ, ਪਰਿਵਾਰ ਦੀ ਸ਼ਹੀਦੀ ਦੇ ਕਰਕੇ ਸਾਨੂੰ ਇਹ ਦਾਤ ਮਿਲੀ ਹੈ। ਦੁਨੀਆਂ ਦਾ ਇਤਿਹਾਸ ਪੜ੍ਹ ਕੇ ਵੇਖ ਲਾ ਵੀ ਕਿਸੇ ਵੀ ਗੁਰੂ ਨੇ ਆਪਣੀ ਪ੍ਰਜਾ ਦੀ ਵਾਸਤੇ ਜਾਂ ਆਪਣੀ ਕੌਮ ਦੇ ਵਾਸਤੇ ਜੇ ਕੁਰਬਾਨੀ ਦਿੱਤੀ ਹੈ ਤਾਂ ਉਹਦਾ ਨਾਂ ਦੱਸਦੇ ਹੀ ਫਲਾਣੇ ਨੇ ਦਿੱਤੀ ਹੈ। ਕੋਈ ਦੁਨੀਆਂ ਦਾ ਪੈਗੰਬਰ ਆਪਣੀ ਕੌਮ ਵਾਸਤੇ ਸ਼ਹੀਦ ਨਹੀਂ ਹੋਇਆ, ਪਰ ਇੱਕ ਗੁਰੂ ਪਾਤਸ਼ਾਹ ਐਸੇ ਨੇ ਜਿਹੜੇ ਆਪਣੀ ਕੌਮ ਆਪਣੇ ਸਿੱਖਾਂ ਵਾਸਤੇ, ਆਪਣੇ ਅਸੂਲਾਂ ਵਾਸਤੇ ਅਤੇ ਸਿੱਖਾਂ ਨੂੰ ਬਾਦਸ਼ਾਹੀ ਦੇਣ ਵਾਸਤੇ ਮਹਾਰਾਜ ਨੇ ਘਰ ਵੀ ਛੱਡਿਆ ਅਤੇ ਪਰਿਵਾਰ ਵੀ ਸ਼ਹੀਦ ਕਰਵਾਇਆ। ਐਸੇ ਗੁਰੂ ਨੂੰ ਯਾਦ ਕਰਕੇ ਇੱਕ ਵਾਰੀ ਆਖੀਏ ਸਤਨਾਮ। ਮਹਾਰਾਜ ਕਹਿਣ ਲੱਗੇ ਭਾਈ ਬਚਨੇ, ਜੀਵਨ ਅਵਰ ਨਾ ਕੋਈ, ਉਹਦੇ ਵਰਗਾ ਕੋਈ ਨਹੀਂ ਜੇ ਹੈਗਾ, ਇਸ ਕਰਕੇ ਦਸਵੇਂ ਪਾਤਸ਼ਾਹ ਦੇ ਸਿੱਖ ਬੰਨਾ ਕਰੋ ਸਰਣਾਈ ਛੁੱਟੀਆ। ਅਤੇ ਜੇ ਐਸੇ ਗੁਰੂ ਦੀ ਸ਼ਰਨ ਵਿੱਚ ਜਾਏਗਾ ਫਿਰ ਛੁੱਟ ਜਾਏਗਾ, ਅਤੇ ਤੋਂ ਲੇਖਾ ਕੋਈ ਮੰਗੇਗਾ ਹੀ ਨਹੀਂ।
ਗੁਰੂ ਤੈਨੂੰ ਛੁਡਾ ਲਵੇਗਾ, ਐਸੀ ਕਿਰਪਾ ਹੁੰਦੀ ਹੈ। ਤੇਰੇ ਤੋਂ ਹਿਸਾਬ ਮੰਗੇਗਾ ਹੀ ਕੋਈ ਨਹੀਂ, ਜਿਹਨੇ ਹਿਸਾਬ ਮੰਗਣਾ ਜਦੋਂ ਗੁਰੂ ਤੇਰੇ ਨਾਲ ਹੋ ਗਿਆ, ਫਿਰ ਕਿਹਦੀ ਮਜਾਲ ਹੈ ਵੀ ਕੋਈ ਲੇਖਾ ਲੈ ਲਵੇ, ਕੋਈ ਹਿਸਾਬ ਲੈ ਲਵੇ। ਅਤੇ ਨਾਲੇ ਬਚਨ ਇਹ ਆ ਵੀ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਅਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰਿਆ, ਜਾਂ ਤੁਧ ਪਵੰਦਾ ਫਿਰ ਗੁਰੂ ਦੇ ਚਰਨਾਂ ਨਾਲ ਜੁੜੇਗਾ ਤੇ ਲੇਖੇ ਮਾਫ ਹੋ ਜਾਂਦੇ ਹਨ। ਸੱਚ ਦ੍ਰਿੜਾਏ ਸੱਚ ਦ੍ਰਿੜ, ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਸੱਚੇ ਨਾਮ ਨੂੰ ਦ੍ਰਿੜ ਕਰਵਾਉਂਦੇ ਸਿੱਖ ਨੂੰ, ਭਾਈ ਨਾਮ ਜਪਿਆ ਕਰ ਤੇ ਗੁਰਾਂ ਦੇ ਉਪਦੇਸ਼ ਦੇ ਨਾਲ ਹੀ ਫਿਰ ਸਿੱਖ ਜਿਹੜਾ ਹੈ ਸੱਚੇ ਨਾਮ ਨੂੰ ਦ੍ਰਿੜ ਕਰਦਾ ਹੈ। ਸੱਚਾ ਹੋ ਸ਼ਬਦ ਦੇ, ਸਤਿਗੁਰੂ ਸੱਚਾ ਸ਼ਬਦ ਕਹੀਏ ਉਪਦੇਸ਼ ਦੇ ਕੇ ਸਿੱਖ ਨੂੰ ਸੱਚ ਦ੍ਰਿੜ ਕਰਵਾਉਂਦੇ ਹਨ। ਜਿਸਦਾ ਸੱਚ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਗੁਰਮੁਖੋ ਸੱਚਾ ਨਾਮ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਹੈ ਵਾਹਿਗੁਰੂ ਵਾਹਿਗੁਰੂ ਹਰ ਵੇਲੇ। ਆਪਾਂ ਸਾਖੀ ਸਰਵਣ ਕਰਦੇ ਪਏ ਨਾ ਭਾਈ ਗੋਦੜੀਆ ਜੀ, ਸਿੱਖ ਹੋਏ 21 ਪਾਠ ਰੋਜ਼ ਜਪਜੀ ਸਾਹਿਬ ਦੇ ਕਰਦੇ ਅਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦੇ, ਇੰਨੀ ਬਖਸ਼ਿਸ਼ ਹੈ। ਜਿਹੜਾ ਬਚਨ ਮੂੰਹੋਂ ਨਿਕਲਦਾ ਪੂਰਾ ਹੁੰਦਾ। ਤੁਰੇ ਜਾਂਦੇ ਰਸਤੇ ਵਿੱਚ ਕਿਸੇ ਜ਼ਿਮੀਂਦਾਰ ਨੇ ਆਖਿਆ, ਉਹ ਵਿਹਲਾ ਤੁਰਿਆ ਫਿਰਦਾ ਮੇਰੀ ਕਣਕ ਹੀ ਵਢਾ ਦੇ। ਅਤੇ ਉਹ ਕਹਿਣ ਲੱਗੇ, ਕੋਈ ਨਹੀਂ, ਮੈਂ ਤਾਂ ਬਾਣੀ ਨਾਮ ਹੀ ਜਪਣਾ ਲਿਆ, ਤੇਰੀ ਕਣਕ ਵੱਢ ਦਿੰਦੇ। ਸਵੇਰ ਤੋਂ ਲੱਗਿਆ ਸ਼ਾਮ ਤੱਕ ਕਣਕ ਹੀ ਵੱਢਦਾ ਰਿਹਾ, ਨਾਲ ਹਰੇਕ ਸਾਹ ਦੇ ਨਾਲ ਜਪਿਆ ਵਾਹਿਗੁਰੂ ਵਾਹਿਗੁਰੂ। ਅਤੇ ਜ਼ਿਮੀਂਦਾਰ ਘਰੇ ਜਾ ਕੇ ਲੰਮਾ ਪੈ ਗਿਆ ਵੀ ਚੱਲ ਬੰਦਾ ਲੱਗ ਪਿਆ ਕੰਮ ਕਰਨ, ਉਹਨੇ ਨਾ ਰੋਟੀ ਪ੍ਰਸ਼ਾਦਾ ਪੁੱਛਿਆ ਹੀ ਕੁਝ, ਨਾ ਕੋਈ ਚਾਹ ਪਾਣੀ ਜਲ ਪਾਣੀ ਵੀ ਨਾ ਪੁੱਛਿਆ ਵੀ ਭਾਈ ਤੂੰ ਲੱਗਾ ਕੰਮ ਅਤੇ ਮੈਂ ਕੁਝ ਕਰਾਂ। ਜਦੋਂ ਸ਼ਾਮਾਂ ਪਈਆਂ ਨਾ, ਕਿਸੇ ਨੇ ਆਖਿਆ ਉਹ ਐਸਾ ਵਿਚਾਰਾ ਭਗਤ ਤੁਹਾਨੂੰ ਮਿਲਿਆ, ਸਵੇਰ ਤੋਂ ਲੈ ਕੇ ਉਹ ਕੰਮ ਕਰਦਾ ਪਿਆ, ਤੁਸੀਂ ਕੋਈ ਜਲ ਪਾਣੀ ਵੀ ਨਹੀਂ ਪੁੱਛਿਆ। ਜਦੋਂ ਇਹ ਬਚਨ ਸੁਣਿਆ ਨਾ, ਅਤੇ ਉਸ ਵੇਲੇ ਉਹ ਜਿਹੜਾ ਜ਼ਿਮੀਂਦਾਰ ਹੈ ਨਾ, ਉਹਨੇ ਆ ਕੇ ਫਿਰ ਆਖਿਆ ਆਪਣੀ ਮਾਤਾ ਨੂੰ, ਕਹਿਣ ਲੱਗਿਆ ਵੀ ਕੁਝ ਖਵਾਈਏ। ਉਹਨੇ ਦਹੀਂ ਦੇ ਵਿੱਚ ਲਾਲ ਮਿਰਚਾਂ ਪਾ ਕੇ ਲੈ ਆਉਂਦੀ ਵੀ ਚੱਲ ਇਹ ਖਵਾ ਦਿੰਦੇ, ਨਾਲ ਥੋੜ੍ਹੀ ਖਿਚੜੀ ਬਣਾ ਕੇ ਲੈ ਆਏ। ਸਵੇਰ ਤੋਂ ਭੁੱਖਾ ਹੈ, ਵਾਹਿਗੁਰੂ ਮੰਤਰ ਦਾ ਚਿੰਤਨ ਕਰਦਾ ਰਿਹਾ। ਜਦੋਂ ਦਹੀਂ ਖਵਾਇਆ, ਦਹੀਂ ਦੇ ਵਿੱਚ ਮਿਰਚਾਂ ਮੂੰਹ ਵਿੱਚ ਪਾਈਆਂ, ਉਹਨਾਂ ਦੇ ਸੁਭਾਵਕ ਹੀ ਮੂੰਹੋਂ ਬਚਨ ਨਿਕਲ ਗਿਆ। ਕਹਿਣ ਲੱਗੇ, ਜਾ ਮਾਈ ਤੈਨੂੰ ਸੱਪ ਲੜੇ। ਹੁਣ ਸਾਧੂ ਹੈ, ਹਰ ਵੇਲੇ ਨਾਮ ਜਪਦਾ, ਅਤੇ ਉਹ ਮਿਰਚਾਂ ਖਵਾਉਣ ਵਾਲੀ ਉਸ ਵੇਲੇ ਸੰਸਾਰ ਤੋਂ ਕੂਚ ਕਰ ਗਈ। ਕਹਿਣ ਲੱਗੇ, ਐਸੇ ਨੇ ਸੁਭਾਅ ਸਾਧੂਆਂ ਦੇ ਹੋਇਆ ਕਰਦੇ। ਮਹਾਰਾਜ ਕਹਿਣ ਲੱਗੇ, ਬਚਨ ਇਹ ਹੈ ਹਿਰਦੇ ਜਿਸਦਾ ਸੱਚ ਹੈ, ਹਿਰਦੇ ਵਿੱਚ ਵੀ ਉਹਨਾਂ ਦੇ ਵਾਹਿਗੁਰੂ ਚਿੰਤਨ ਹੈ, ਜ਼ੁਬਾਨ 'ਤੇ ਵੀ ਚਿੰਤਨ ਹੀ ਹਰ ਵੇਲੇ ਕਰਦੇ, ਐਸੀ ਬੰਦਗੀ ਕਰਨ ਵਾਲੇ ਹਨ। ਤਨ ਮਨ ਵੀ ਸੱਚਾ ਹੋਏ, ਉਹਨਾਂ ਦਾ ਤਨ ਵੀ ਸੱਚਾ ਅਤੇ ਮਨ ਵੀ ਉਹਨਾਂ ਦਾ ਸੱਚਾ ਨਾਮ ਜਪ ਕੇ ਹੈ। ਨਾਨਕ ਸੱਚੇ ਹੁਕਮ ਮੰਨਿਆ, ਜਿਨ੍ਹਾਂ ਨੇ ਉਹਦੇ ਹੁਕਮ ਨੂੰ ਭਾਈ ਮੰਨਿਆ ਹੈ, ਸੱਚੀ ਵਡਿਆਈ ਦੇ, ਉਹਨਾਂ ਨੂੰ ਸਤਿਗੁਰੂ ਸੱਚੀ ਵਡਿਆਈ ਬਖਸ਼ਿਸ਼ ਕਰਦੇ। ਸੱਚੀ ਵਡਿਆਈ ਵੈਸੇ ਨਾਮ ਦੀ ਹੈ, ਮਹਾਰਾਜ ਨਾਮ ਦੀ ਵਡਿਆਈ ਗੁਰਮੁਖਾਂ ਨੂੰ ਬਖਸ਼ਦੇ ਹਨ। ਗੁਰਮੁਖੋ, ਇਹ ਦੁਨੀਆਂ ਦੀਆਂ ਵਡਿਆਈਆਂ, ਦੁਨੀਆਂ ਕੀਆਂ ਵਡਿਆਈਆਂ, ਕਵਨੇ ਆਵੇ ਕਾਮ, ਇਹ ਕਿਸੇ ਕੰਮ ਨਹੀਂ। ਅੱਜ ਕੁਰਸੀ ਮਿਲੀ ਹੈ ਨਾ, ਲੋਕ ਬੜੀਆਂ ਸਲਾਮਾਂ ਠੋਕਦੇ ਵੀ ਕੁਰਸੀ ਮਿਲੀ ਹੈ। ਜਿੱਦਣ ਕੁਰਸੀ ਛੁੱਟ ਗਈ ਨਾ, ਉਸ ਦਿਨ ਕਿਸੇ ਨੇ ਮੂੰਹ ਵੀ ਨਹੀਂ ਕਰਨਾ, ਦੂਜੇ ਬੰਨੇ ਕਰ ਲੈਣਗੇ ਵੀ ਜਾਣ ਦਿਓ, ਪਰ ਇਹਦੇ ਮੱਥੇ ਨਹੀਂ ਲੱਗਣਾ, ਇਹ ਬੜਾ ਗੰਦਾ ਬੰਦਾ ਸੀ। ਮਹਾਰਾਜ ਕਹਿੰਦੇ, ਦੁਨੀਆਂ ਦੀਆਂ ਵਡਿਆਈਆਂ ਉਹਨਾਂ ਚਿਹਰਾ ਜਿੰਨਾ ਚਿਰ ਕੁਰਸੀ ਹੈ, ਅਤੇ ਕੁਰਸੀ ਸਦਾ ਨਹੀਂ ਰਹਿੰਦੀ, ਪਰ ਨਾਮ ਜਪਣ ਵਾਲੇ ਦੀ ਵਡਿਆਈ ਸਦਾ ਹੀ ਹੈ, ਕਿਉਂਕਿ ਉਹਦੀ ਖੁਰਸੀ ਕਿਸੇ ਨੇ ਕੋਲੋਂ ਖੁਸਣੀ ਨਹੀਂ ਹੈ, ਸਦਾ ਵਾਸਤੇ ਮਹਾਰਾਜ ਨੇ ਦੇ ਦਿੱਤੀ ਹੈ।
ਇਸ ਕਰਕੇ ਨਾਮ ਦੀ ਵਡਿਆਈ ਹੈ। ਸੱਚੇ ਮਾਹੀ ਸਮਾਵਸੀ, ਉਹ ਸੱਚੇ ਦੇ ਵਿੱਚ ਹੀ ਸਮਾ ਜਾਂਦੇ ਹਨ ਨਜ਼ਰ ਕਰੇ, ਜਿਨ੍ਹਾਂ ਦੇ ਉੱਪਰ ਸਤਿਗੁਰੂ ਕਿਰਪਾ ਕਰਦੇ ਹਨ। ਸੂਰਬੀਰ ਉਹਨੂੰ ਨਹੀਂ ਕਿਹਾ ਜਾਂਦਾ ਹੈ ਜਿਹੜਾ ਆਖੇ ਵੀ ਮੈਂ ਇੰਨਿਆਂ ਨਾਲ ਜੰਗ ਕਰ ਲੈਂਦਾ, ਇੰਨਿਆਂ ਨੂੰ ਜਿੱਤ ਲੈਂਦਾ। ਉਹ ਸੂਰਮਾ ਕਾਹਦਾ, ਉਹ ਤੇ ਅਹੰਕਾਰੀ ਹੈ ਨਾ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰਿਓ ਪਕਾਰੀ। ਭਾਈ ਗੁਰਦਾਸ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਲਿਖਿਆ, ਜਿੱਥੇ ਯੋਧੇ ਨੇ ਉੱਥੇ ਪਾਰੋਪਕਾਰੀ ਵੀ ਨੇ। ਵੱਡ ਯੋਧਾ ਬਹੁ ਪਾਰੋਪਕਾਰੀ, ਬੜਾ ਹੀ ਪਾਰੋਪਕਾਰ ਕਰਦੇ ਜਦੋਂ ਕਰਦੇ। ਅਤੇ ਮਾਤਾ ਆ ਗਈ ਨਾ ਪੁੱਤਰ ਮੰਗਣ ਵਾਸਤੇ, ਇੱਕ ਦੇ ਦਿਓ ਸਾਤਾ ਪਾ ਕੇ ਆਖਿਆ ਲੈ ਸੱਤ ਹੀ ਲੈ ਜਾ, ਏਡੇ ਵੱਡੇ ਪਾਰੋਪਕਾਰੀ। ਮਹਾਰਾਜ ਕਹਿਣ ਲੱਗੇ ਨਹੀਂ ਤਾਂ ਦੁਨੀਆਂ ਦੇ ਸੂਰਮੇ ਥੋੜ੍ਹੀ ਜਿਹੀ ਪ੍ਰਭਤਾ ਵਡਿਆਈ, ਕੋਈ ਜੈ ਜੈਕਾਰ, ਕੋਈ ਫੀਤੀ ਲੱਗ ਜਾਵੇ ਨਾ ਮੋਢੇ ਦੇ ਉੱਪਰ, ਕੋਈ ਵਡਿਆਈ ਮਿਲੇ। ਅਤੇ ਮਹਾਰਾਜ ਕਹਿਣ ਲੱਗੇ ਉਹ ਹੰਕਾਰ ਵਿੱਚ ਆ ਜਾਂਦੇ ਵੀ ਸਾਡੇ ਵਰਗਾ ਹੈ ਹੀ ਕੋਈ ਨਹੀਂ, ਦੁਨੀਆਂ ਦੇ ਸੂਰਮੇ ਐਸੇ ਹਨ। ਹੰਕਾਰ ਮਰੇ ਦੁੱਖ ਪਾਵੇ, ਹੰਕਾਰ ਵਿੱਚ ਹੀ ਮਰਦੇ ਦੁੱਖ ਪਾਉਂਦੇ, ਦੁਨੀਆਂ ਦੇ ਸੂਰਮੇ ਐਸੇ ਹਨ। ਅੰਧੇ ਆਪ ਨਾ ਪਛਾਣਨੇ, ਅਗਿਆਨੀ ਲੋਕ ਆਪਣੇ ਸਰੂਪ ਨੂੰ ਪਛਾਣਦੇ ਨਹੀਂ। ਦੁਜੈ ਪਚ ਜਾਵੇ, ਦੁਆਤ ਵਿੱਚ ਫਿਰ ਪੈ ਪੈ ਕੇ ਖਰਾਬ ਹੁੰਦੇ ਹਨ। ਅਤ ਕ੍ਰੋਧ ਸਿਉ ਲੂਜਦੇ, ਉਹ ਫਿਰ ਕ੍ਰੋਧ ਦੇ ਨਾਲ ਹੀ ਸੜਦੇ। ਦੁਨੀਆਂ ਦੇ ਸੂਰਮਿਆਂ ਵਿੱਚ ਝਈਆਂ ਲੈ ਲੈ ਖਿੱਚ ਖਿੱਚ ਕੇ ਦੂਜਿਆਂ ਨੂੰ ਪੈਂਦੇ ਰਹਿੰਦੇ, ਆਪਣੇ ਬਲ ਦਾ ਪ੍ਰਦਰਸ਼ਨ ਕਰਦੇ ਰਹਿੰਦੇ। ਕਹਿਣ ਲੱਗੇ ਇਸ ਤਰ੍ਹਾਂ ਕ੍ਰੋਧ ਦੇ ਨਾਲ ਹੀ ਸੜਦੇ ਰਹਿੰਦੇ ਹਨ। ਅੱਗੇ ਪਿੱਛੇ ਦੁੱਖ ਪਾਵੇ, ਅੱਗੇ ਪਰਲੋਕ ਦੇ ਵਿੱਚ ਤੇ ਪਿੱਛੇ ਇਸ ਲੋਕ ਦੇ ਵਿੱਚ ਵੀ ਦੁਖੀ ਉਹਨਾਂ ਨੂੰ ਮਿਲਦਾ ਹੈ। ਅਰਜਿਓ ਹੰਕਾਰ ਨਾ ਪਾਵੇ, ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਰੱਬ ਨੂੰ ਹੰਕਾਰੀ ਬੰਦਾ ਕਦੇ ਨਹੀਂ ਜੇ ਚੰਗਾ ਲੱਗਦਾ। ਗੁਰੂ ਦੇ ਕੋਲ ਕੁਝ ਨਾ ਲੈ ਕੇ ਆਇਆ ਕਰੋ, ਆਪਣੀ ਜਾਤ ਬਰਾਦਰੀ ਰੁਤਬਾ ਪੈਸਾ ਧੇਲਾ ਸਭ ਬਾਹਰ ਹੀ ਰੱਖ ਕੇ ਆਇਆ ਕਰੋ। ਇੱਥੇ ਨਿਮਾਣੇ ਬਣ ਕੇ ਆਓ ਵੀ ਮਹਾਰਾਜ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਇਹ ਗੱਲ ਕਹਾਂਗੇ ਚੰਗੇ ਤਾਂ ਲੱਗਾਂਗੇ। ਜੇ ਆਖਿਆ ਨਾ ਵੀ ਮੈਂ ਫਲਾਣਾ ਸਿਉਂ ਹਾਂ ਅਤੇ ਮੇਰੇ ਨਾਂ ਦੇ ਅੱਗੇ ਵੀ ਪੰਜ ਸੱਤ ਸ਼ਬਦ ਲਾ ਦਿਓ ਅਤੇ ਪਿੱਛੇ ਵੀ ਲਾ ਦਿਓ ਅਤੇ ਫਿਰ ਗੁਰੂ ਨੂੰ ਪਾਉਂਦਾ ਨਹੀਂ, ਉਹ ਚੰਗਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਹਰ ਜੀ ਉਹ ਹੰਕਾਰ ਨਾ ਭਾਵੀ, ਰੱਬ ਨੂੰ ਹੰਕਾਰ ਤਾਂ ਬਿਲਕੁਲ ਚੰਗਾ ਨਹੀਂ ਲੱਗਦਾ ਹੈ। ਇਸ ਗੱਲ ਨੂੰ ਵੇਦ ਕਹਿੰਦੇ ਨੇ, ਧਾਰਮਿਕ ਸ਼ਾਸਤਰ ਧਾਰਮਿਕ ਗ੍ਰੰਥ ਇਹ ਗੱਲ ਕਹਿੰਦਾ। ਗ੍ਰੰਥ ਵਿੱਚ ਲਿਖਿਆ ਹੋਇਆ ਵੀ ਰੱਬ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਜੇ ਚੰਗਾ ਲੱਗਦਾ ਹੋਵੇ ਤਾਂ ਗੁਰੂ ਨਾਨਕ ਸਾਹਿਬ ਨੇ ਕਿਉਂ ਲਿਖਣਾ ਸੀਗਾ ਇਹ ਬਚਨ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਪਿੱਠ ਉਹਨੂੰ ਦਿੱਤੀ ਜਾਂਦੀ ਹੈ ਜਿਹੜਾ ਚੰਗਾ ਨਾ ਲੱਗੇ। ਜਿਹੜਾ ਚੰਗਾ ਲੱਗੇ ਉਹਨੂੰ ਤਾਂ ਜੱਫਾ ਪਾਈਦਾ ਨਾ ਗੋ ਕੇ ਵੀ ਆ ਜਾ ਭਾਈ ਮਿਲ, ਪਰ ਜਿਹੜਾ ਚੰਗਾ ਨਾ ਲੱਗੇ ਉਹਨੂੰ ਪਿੱਠ ਕਰ ਲਈ ਵੀ ਜਾਣ ਦਿਓ ਪਰੇ। ਮਹਾਰਾਜ ਕਹਿੰਦੇ ਰੱਬ ਹੰਕਾਰੀਆਂ ਵੱਲ ਤਾਂ ਪਿੱਠ ਹੀ ਕਰਦਾ ਵੀ ਇਹ ਚੰਗੇ ਨਹੀਂ ਲੱਗਦੇ, ਐਸੀ ਹਾਲਤ ਹੈ। ਹੰਕਾਰ ਮੋਏ ਸੇਵੇ ਗਤੀ ਗਏ, ਜਿਹੜੇ ਹੰਕਾਰ ਦੇ ਵਿੱਚ ਮਰ ਗਏ ਉਹ ਕਹਿੰਦੇ ਬੇਗਤ ਹੋ ਕੇ ਸੰਸਾਰ ਤੋਂ ਤੁਰ ਗਏ ਹਨ। ਮਰ ਜਨਮੇ ਫਿਰ ਆਵੇ, ਉਹ ਵਾਰ ਵਾਰ ਜੰਮਦੇ ਮਰਦੇ ਅਤੇ ਜੂਨਾਂ ਵਿੱਚ ਤੁਰੇ ਆਉਂਦੇ ਹਨ, ਐਸੀ ਉਹਨਾਂ ਦੀ ਹਾਲਤ ਹੈ। ਇਹ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਉਪਦੇਸ਼ ਸਾਨੂੰ ਅੰਮ੍ਰਿਤ ਵੇਲੇ ਬਖਸ਼ਿਆ ਹੈ। ਮਹਾਰਾਜ ਕਿਰਪਾ ਕਰਨ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ। ਸਤਿਗੁਰੂ ਸਾਨੂੰ ਮੁਕਤੀ ਦੀ ਦਾਤ ਦੇਣ, ਅਰਦਾਸ ਕਰੀਏ। ਆਪ ਸੰਗਤਾਂ ਨਿਯਮ ਦੇ ਨਾਲ ਇਹ ਸਮਾਂ ਪੱਕਾ ਬੰਨ ਲਓ ਵੀ ਅਸੀਂ ਦੁਨੀਆਂ ਦੇ ਸਾਰੇ ਕੰਮ ਛੱਡ ਕੇ ਕਸਾਬ ਦੇ ਦਰਬਾਰ ਵਿੱਚ ਬੈਠਣਾ ਹੀ ਬੈਠਣਾ ਹੈ। ਸਤਿਗੁਰੂ ਝੋਲੀ ਭਰ ਦੇਣਗੇ ਬਰਕਤਾਂ ਦੇ ਨਾਲ ਅਤੇ ਜੰਮਣ ਮਰਨ ਤੋਂ ਮਹਾਰਾਜ ਮੁਕਤ ਕਰ ਦਿੰਦੇ। ਸਾਡੇ ਕੋਲ ਤਕਰੀਬਨ 300 ਕੁ ਅੰਗ ਦੀ ਕਥਾ ਜਿਹੜੀ ਅਜੇ ਬਾਕੀ ਰਹਿ ਗਈ ਹੈ। ਸੋ ਇਹ ਸਤਿਗੁਰੂ ਕਿਰਪਾ ਕਰਨ, ਸਿਰ 'ਤੇ ਮਿਹਰ ਦਾ ਹੱਥ ਰੱਖ ਕੇ
ਸਾਨੂੰ ਸਰਵਣ ਕਰਾਉਣ ਤਾਂ ਕਿ ਸਾਡਾ ਜਨਮ ਸਫਲਾ ਹੋਵੇ। ਇਹ ਵੱਡੀ ਭਾਰੀ ਦਾਤ ਹੈ ਜਿਹੜੀ ਸਾਨੂੰ ਲੈ ਲੈਣੀ ਚਾਹੀਦੀ ਹੈ। ਨਾ ਇਹ ਦੁਬਾਰਾ ਸਮਾਂ ਆਉਣਾ ਅਤੇ ਨਾ ਹੀ ਇਹ ਵਾਰ ਵਾਰ ਜਨਮ ਆਉਣਾ। ਇਸ ਕਰਕੇ ਸਫਲਾ ਬਣਾਈਏ, ਉੱਦਮ ਕਰਕੇ ਆਇਆ ਕਰੋ ਅਤੇ ਬੈਠਿਆ ਕਰੋ ਸੰਗਤ ਵਿੱਚ, ਆਪ ਵੀ ਹੋਰਾਂ ਸੰਗਤਾਂ ਨੂੰ ਵੀ ਲੈ ਕੇ ਆਓ। ਇਹ ਐਸਾ ਵੱਡਾ ਜਗ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਜੋ ਸੱਜਣ ਅਸੀਸੜੀਆਂ ਜੋ ਵੈ ਸਾਹਿਬ ਸਿਉ ਮੇਲੋ। ਹਰ ਜਿਉ ਹੰਕਾਰ ਨਾ ਪਾਵੇ ਵੇਦ ਕੂਕ ਸੁਣਾਵੇ, ਹੰਕਾਰ ਮੂਏ ਸੇ ਵੇ ਗਤੀ ਗਏ ਮਰ ਜਨਮੇ ਫਿਰ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।